ਸ਼ੇਰ ਜਿੱਡਾ ਦਿਲ ਨਾਲੇ ਚਿੱਤੇ ਵਾਲੀ ਫੁਰਤੀ ਮਾਂ-ਬਾਪ ਉਸਤਾਦ ਕੋਲੋਂ ਮਿਲੀ ਹੋਵੇ ਗੁੜਤੀ ਖਾਣ ਪੀਣ ਪੱਖੋਂ ਖੁੱਲਾ ਨਾਲੇ ਹੋਵੇ ਜੀਦਾਰ ਜੀ ਫੇਰ ਕਿਤੇ ਜਾ ਕੇ ਮੱਲ ਹੁੰਦਾ ਏ ਤਿਆਰ ਜੀ ਲਿਖੇ ਅਮਨ ਦਿਓਲ ਕੱਲਾ ਸੋਚ ਤੇ ਵਿਚਾਰ ਜੀ ਫੇਰ ਕਿਤੇ ਜਾ ਕੇ ਮੱਲ ਹੁੰਦਾ ਏ ਤਿਆਰ ਜੀ ਹੁੰਦਾ ਏ ਤਿਆਰ ਦੇ ਬੇਦਵਾਨਾਂ ਨੂੰ ਉਹ ਨਹੀਂ ਹੋਰੀ ਸਾ ਆਏ ਕਹਿੰਦੇ ਲਪਰੀ ਤੇ ਖੰਨੇ ਵਾਲਾ ਜਿੱਤ ਗਿਆ ਖੰਨੇ ਵਾਲਾ ਜਿੱਤ ਗਿਆ ਪਹਿਲਵਾਨ ਜੀ ਥੋੜਾ ਗੈਪ ਰਿਹਾ ਪਹਿਲਵਾਨੀ ਦੇ ਵਿੱਚੋਂ ਥੋੜਾ ਮਤਲਬ ਕੀ ਕਾਰਨ ਸੀ ਸਾਲ ਦੋ ਸਾਲ ਤੁਸੀਂ ਦੇਖਿਆ ਨਹੀਂ ਦੰਗਲਾਂ ਦੇ ਵਿੱਚ ਭਾਈ ਮੇਰੇ ਸੱਟ ਲੱਗੀ ਸੀ ਮੋਢੇ ਦੇ ਉੱਪਰ ਤੇ ਮੋਢਾ ਜਿੱਦਾਂ ਮੈਂ ਪਹਿਲੀ ਇੱਕ ਦੋ ਵਾਰ ਨਿਕਲਿਆ 2017 ਚ ਮੈਂ ਠੀਕ ਲੜਦਾ ਸੀ 18 ਚ ਮੇਰੇ ਸੱਟ ਲੱਗੀ ਘਟੋ ਘਟ ਜਾ ਰਹੀ ਸੱਤ ਅੱਠ ਵਾਰ ਨਿਕਲ ਗਿਆ ਮੋਢਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਡਾਕਟਰਾਂ ਨੇ ਅਖੀਰ ਗਿਆ ਕਿ ਆਪਰੇਸ਼ਨ ਕਰਾਉਣਾ ਪੈਣਾ ਤੇ ਫਿਰ ਆਪਰੇਸ਼ਨ ਕਰਾ ਕੇ ਫਿਰ ਦੁਬਾਰਾ 20 ਦੇ ਵਿੱਚ ਵਾਪਸੀ ਕੀਤੀ ਉਸ ਜਰੂਰ ਆ ਟਾਈਮ ਸੀਗਾ ਅੰਜਲੀ ਦਾ ਟਾਈਮ ਜਿਹੜਾ ਜਦੋਂ ਸੱਟ ਲੱਗਿਆ ਤੁਹਾਡੇ ਉਸ ਟਾਈਮ ਦੇ ਵਿੱਚ ਕਿਸੇ ਨੇ ਤੁਹਾਡਾ ਸਾਥ ਦਿੱਤਾ ਨਹੀਂ ਭਾਈ ਕੋਈ ਨਹੀਂ ਸਾਥ ਦਿੰਦਾ ਕਿਸੇ ਦਾ ਠੀਕ ਹੈ ਜੀ ਇੱਕ ਕਰਦੇ ਆ ਤੇ ਜਾਂ ਜਿਹੜੇ ਦੋ ਤਨ ਯਾਰ ਦੋਸਤਾਂ ਜਾਂ ਮਿੱਤਰ ਜਾਂ ਮੇਰੀ ਪੂਆਰੇ ਮੁੰਡੇ ਆ ਹਰਦੀਪ ਭਾਈ ਤੇ ਗਜਨੀ ਭਾਈ ਜਿੰਨਾ ਮੈਂ ਸੋਚਦਾ ਉਤੋਂ ਵੀ ਵੱਧ ਜ਼ਿਆਦਾ ਉਹਨਾਂ ਨੇ ਮੇਰੀ ਸਾਥ ਦਿੱਤਾ ਔਰ ਫੈਮਿਲੀ ਤਾਂ ਹਮੇਸ਼ਾ ਸਪੋਰਟ 'ਚ ਰਹਿੰਦੀ ਆ ਸਾਡੇ ਫੈਮਿਲੀ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਉਦੋਂ ਮੈਨੂੰ ਕੋਈ ਨਹੀਂ ਚੱਲ ਹੌਸਲਾ ਨਹੀਂ ਛੱਡੀਦਾ ਭਾਈ ਹੌਸਲਾ ਟੁੱਟੀ ਜਾਂਦਾ ਬੰਦੇ ਦਾ ਕਿ ਛੱਟ ਲੱਗ ਜਾਂਦੀ ਫਿਰ 2 ਸਾਲ ਦਾ ਗੈਬ ਇੱਕ ਅੱਧੀ ਵਾਰ ਛੱਟ ਲੱਗੀ ਹੋਵੇ ਚਲੋ ਕੋਈ ਚੱਕਰ ਨਹੀਂ ਫਿਰ 8 ਵਾਰ ਮੋੜਾ ਨਿਕਲ ਜਾਣਾ ਫਿਰ ਦੁਬਾਰਾ ਉਹ 7-8 ਵਾਰ ਇੱਕੋ ਜਿਹੜੇ ਪੁਆਇੰਟ ਤੇ ਸੱਟ ਲੱਗ ਜਾਣੀ ਜਿੱਦਾਂ ਮੋਢੇ ਤੇ ਸੱਟ ਲੱਗਿਆ ਪਹਿਲਵਾਨ ਜੀ ਦੇ ਤੇ ਬੰਦੇ ਦਾ ਮਨ ਟੁੱਟ ਜਾਂਦਾ ਪਹਿਲਵਾਨੀ ਤੋਂ ਕਿਉਂਕਿ ਪਹਿਲਵਾਨੀ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਆ ਪਹਿਲਵਾਨ ਦੇ ਲਈ ਕੀਤੀ ਹੋਈ ਮਿਹਨਤ ਦਾ ਮੋੜ ਦੇ ਨੇ ਮੁੱਲ ਜਿਹੜੇ ਸੂਰਜ ਤੋਂ ਪਹਿਲਾਂ ਰਹਿਣ ਜਾਗਦੇ ਪਾਣੀ ਵਾਂਗੂ ਗੱਭਰੂ ਬਹਾਉਂਦੇ ਜੋ ਪਸੀਨਾ ਉਹ ਮਹਿਲ ਬਣਾਉਂਦੇ ਵਿੱਚ ਖਾਵਦੇ ਕਿ ਮਿਹਨਤਾਂ ਦੇ ਬਿਨਾ ਕਦੇ ਮਿਲਦੀ ਨਹੀਂ ਮੱਲੀ ਮੱਲ ਬਣਦੇ ਨਹੀਂ ਬਿਨਾ ਉਸਤਾਦ ਦੇ ਕਿ ਮਿਹਨਤਾਂ ਦੇ ਬਿਨਾ ਕਦੇ ਮਿਲਦੀ ਨਹੀਂ ਮੱਲੀ ਮੱਲ ਬਣਦੇ ਨਹੀਂ ਬਿਨਾ ਉਸਤਾਦ ਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਜੱਸੀ ਰਾਈਏਵਾਲ ਤੁਸੀਂ ਵੇਖ ਰਹੇ ਹੋ ਸਟਾਰਫ ਤੇ ਟੀਵੀ ਅ ਔਰ ਅੱਜ ਅਸੀਂ ਜਿਸ ਸ਼ਖਸ ਦੇ ਨਾਲ ਜਿਸ ਪਹਿਲਵਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਹੈ ਉੱਬਰ ਦੀ ਬਰੇਸ ਦਾ ਪਹਿਲਵਾਨ ਜਿਸ ਨੌਜਵਾਨ ਨੇ ਵੱਡੀਆਂ ਮੱਲਾਂ ਮਾਰੀਆਂ ਕੁਸਤੀ ਦੇ ਖੇਤਰ ਦੇ ਵਿੱਚ ਲਾਪ੍ਰੀਤ ਪਹਿਲਵਾਨ ਖੰਨੇ ਵਾਲਾ ਸਾਡੇ ਨਾਲ ਮੌਜੂਦ ਹੈ ਖਾਸ ਮੁਲਾਕਾਤ ਕਰਾਂਗੇ ਪਹਿਲਵਾਨ ਦੀ ਜ਼ਿੰਦਗੀ ਦੇ ਬਾਰੇ ਜਾਨਾ ਉਹਨਾਂ ਦੀ ਜਾਣਕਾਰੀ ਲਵਾਂਗੇ ਜ਼ਿੰਦਗੀ ਦੇ ਬਾਰੇ ਪਹਿਲਵਾਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸੀਂ ਆ ਬਾਈ ਹੋਰ ਠੀਕ ਠਾਕ ਬਾਈ ਦੀ ਹਾਂਜੀ ਪਹਿਲਵਾਨ ਜੀ ਸਾਡਾ ਕਾਮਨ ਜਿਹਾ ਸਵਾਲ ਹੈ ਪਹਿਲਾ ਤੇ ਪਰਿਵਾਰ ਦੇ ਵਿੱਚ ਤੁਹਾਡੇ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਬਾਰੇ ਆਪਣੇ ਮੈਂਬਰਾਂ ਦੇ ਬਾਰੇ ਦੱਸੋ ਸਾਨੂੰ ਬਾਈ ਮੇਰੀ ਜੁਆਇੰਟ ਫੈਮਿਲੀ ਆ ਮੇਰੇ ਮੰਮੀ ਡੈਡੀ ਚਾਚਾ ਚਾਚੀ ਮੇਰੇ ਦਾਦਾ ਜੀ ਤੇ ਮੇਰੀ ਤਾਈ ਹੈ ਇੱਕ ਤੇ ਮੇਰਾ ਇੱਕ ਬ੍ਰਦਰ ਆ ਬਈ ਤੇ ਦੋ ਮੇਰੇ ਚਾਚਾ ਜੀ ਦੇ ਲੜਕੇ ਉਹ ਦੋਨੋਂ ਬਾਹਰ ਆਇਆ ਕੀ ਨਾਮ ਆ ਤੁਹਾਡੇ ਫਾਦਰ ਸਾਹਿਬ ਦਾ ਤੇ ਮਾਤਾ ਜੀ ਦਾ ਮੇਰੇ ترਸੀਮ ਸਿੰਘ ਮੇਰੇ ਡੈਡੀ ਦਾ ਨਾਮ ਮੰਮੀ ਦਾ ਨਾਮ ਸੁਖਵਿੰਦਰ ਕੌਰ ਔਰ ਚਾਚਾ ਜੀ ਦਾ ਨਾਮ ਸਖਦੇਵ ਸਿੰਘ ਤੇ ਦਾਦਾ ਜੀ ਸਰਦਾਰ ਜੰਤ ਸਿੰਘ ਜੀ ਤੇ ਪਹਿਲਵਾਨ ਜੀ ਥੋੜਾ ਜਿਹੜਾ ਪਹਿਲਵਾਨੀ ਸਫਰ ਕਿਵੇਂ ਸ਼ੁਰੂ ਹੋਇਆ ਤੁਹਾਡਾ ਪਿੰਡ ਦੱਸੋ ਪਹਿਲਾਂ ਕਿੱਥੇ ਪੈਂਦਾ ਤੁਹਾਡਾ ਪਿਛੋਕੜ ਬਾਰੇ ਦੱਸੋ ਮੇਰਾ ਪਿੰਡ ਈ ਮੇਵਾ ਸਿੰਘ ਵਾਲਾ ਈ ਸੁਲਤਾਨਪੁਰ ਲੋਧੀ ਦੇ ਨਾਲ ਪੈਂਦਾ ਜੀ ਤੇ ਡਿਸਟ੍ਰਿਕਟ ਕਪੂਰਥਲਾ ਜੀ ਮੇਰਾ ਤੇ ਸ਼ੌਂਕ ਮੈਨੂੰ ਈ ਪਹਿਲਾਂ ਮੇਰੇ ਦਾਦਾ ਜੀ ਨੂੰ ਬਹੁਤ ਸ਼ੌਂਕ ਸੀਗਾ ਤੇ ਉਹਨਾਂ ਨੇ ਮੈਨੂੰ ਛੋਟੇ ਹੁੰਦੇ ਜਦੋਂ ਮੈਨੂੰ ਲਾਇਆ ਰਮਾਲੀ ਲਾਉਣਾ ਜਾਂ ਮਾਣਾ ਮੋਟਾ ਖੇਲਣ ਦਾ ਮਾਣਾ ਮੋਟਾ ਡੰਡ ਬੈਟਕਾਂ ਦੱਸਿਆ ਕਿੱਦਾਂ ਲਾਉਣੀ ਆ ਫਿਰ ਮੇਰੇ ਮਾਮਾ ਜੀ ਹੁਣੀ ਪਹਿਲਵਾਨੀ ਕਰਦੇ ਸੀਗੇ ਮਲਕੀਤ ਕਾਂਜਲੀ ਤੇ ਉਹ ਫੇ ਉਹਨਾਂ ਨੂੰ ਮੈਂ ਖਾੜੇ ਜਾਣ ਲੱਪਿਆਂ ਉੱਥੇ ਜਿਹੜਾ ਛੁੱਟੀਆਂ ਹੋਣੀਆਂ ਤਾਂ ਉਹਨਾਂ ਨੇ ਮੈਂ ਉੱਥੇ ਜਾਣਾ ਮਿਹਨਤ ਕਰਨੀ ਤੇ ਫੇਰ ਭਾਈ ਮੈਂ ਦਸਵੀਂ ਤੋਂ ਬਾਅਦ ਉੱਥੇ ਚੱਲ ਗਿਆ ਪੱਕਾ ਹੀ ਪਹਿਲਵਾਨੀ ਕਰਨ ਤੇ ਫੇਰ ਮੈਂ 2 ਸਾਲ ਉੱਥੇ ਕੀਤੀ ਤੇ ਉਸ ਤੋਂ ਬਾਅਦ ਫੇਰ ਮੈਟ ਦਾ ਜਿਆਦਾ ਸੀਗਾ ਥੋੜਾ ਕਿਤੇ ਉਹ ਮਿੱਟੀ ਤੇ ਕਰਾਉਂਦੇ ਸੀ ਥੋੜਾ ਤੇ ਫੇਰ ਉਸ ਤੋਂ ਬਾਅਦ ਮੈਂ ਇੱਥੇ ਖੰਨੇ ਖੜੇ ਸ਼ਿਫਟ ਹੋ ਗਿਆ ਇੱਥੇ ਫੇਰ ਆ ਗਿਆ ਇੱਥੇ ਪਹੁੰਚ ਗਿਆ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਦਾਦਾ ਜੀ ਵੀ ਪਹਿਲਾਂ ਪਹਿਲਵਾਨੀ ਕਰਦੇ ਸੀ ਜਾਂ ਵੈਸੇ ਸ਼ੌਕ ਸੀ ਉਹਨਾਂ ਨੂੰ ਪਹਿਲਵਾਨੀ ਦਾ ਨੇ ਵੈਸੇ ਸ਼ੌਂਕ ਸੀ ਪਹਿਲਵਾਨੀ ਤੇ ਨਹੀਂ ਕਰਦੇ ਸੀਗੇ ਪਰ ਸ਼ੌਂਕ ਉਹਨਾਂ ਨੂੰ ਬਹੁਤ ਜ਼ਿਆਦਾ ਸੀਗਾ ਤੇ ਮੇਰੇ ਜਿੱਦਾਂ ਮਾਮਾ ਜੀ ਕਰਦੇ ਸੀ ਪਹਿਲਵਾਨੀ ਤੇ ਉਹਨਾਂ ਪਿੱਛੇ ਉਹ ਮੇਰੇ ਦਾਦਾ ਜੀ ਦੀ ਬਹੁਤ سپورਟ ਸੀ ਜੀ ਉਹਨਾਂ ਨੂੰ ਤੇ ਬਹੁਤ ਉਹਨਾਂ ਦਾ ਖਿਆਲ ਰੱਖਦੇ ਸੀ ਜਾਂ ਕਹਿ ਲਓ ਕਿ ਕਿ ਜੋ ਉਹਨਾਂ ਨੂੰ ਹਰ ਹਮੇਸ਼ਾ ਦੱਸਦੇ ਰਹਿੰਦੇ ਸੀ ਕਿ ਇਦਾਂ ਵਧੀਆ ਜਿਆ ਰਹਿਣਾ ਦੁਨੀਆ ਸਮਾਜ ਚ ਕਿਦਾਂ ਜਾਂ ਕਿਦਾਂ ਮਿਹਨਤਮਾਣਾ ਮੋਟਾ ਦੱਸਦੇ ਰਹਿੰਦੇ ਸੀ ਉਹਨਾਂ ਨੂੰ ਤੇ ਫਿਰ ਉਹਨਾਂ ਤੋਂ ਬਾਅਦ ਮੈਨੂੰ ਸ਼ੌਂਕ ਪੈ ਗਿਆ ਜਿੱਦਾਂ ਮੈਨੂੰ ਦਾਦਾ ਜੀ ਨੇ ਮੈਨੂੰ ਕਿਹਾ ਕਿ ਤਾਂ ਤੂੰ ਤੇ ਫਿਰ ਬਾਅਦੋਂ ਮੈਂ ਉਹਨਾਂ ਨੇ ਮੈਨੂੰ ਉੱਥੇ ਛੱਡਤਾ ਮਾਮੇ ਕੋ ਪਹਿਲਵਾਨੀ ਖੇਤਰ ਦਾ ਬਹੁਤ ਵੱਡਾ ਨਾਮ ਹੈ ਮਲਕੀਤ ਮੀਤਾ ਪਹਿਲਵਾਨ ਜੀ ਕਾਂਝਲੀ ਵਾਲੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਕਹਿ ਦਈਏ ਵੀ ਪੂਰੀ ਦੁਨੀਆ ਹਿਲਾਈ ਹੈ ਬਹੁਤ ਵੱਡੇ ਲੈਵਲ ਦੀ ਪਹਿਲਵਾਨੀ ਕੀਤੀ ਹੈ ਹਿੰਦੁਸਤਾਨ ਦੇ ਚੋਟੀ ਦੇ ਪਹਿਲਵਾਨਾਂ ਨਾਲ ਟੱਕਰਾਂ ਲਈਆਂ ਲਾਭਪ੍ਰੀਤ ਪਹਿਲਵਾਨ ਜੀ ਦੇ ਮਾਮਾ ਜੀ ਨੇ ਉਹਨਾਂ ਕੋਲ ਉਹਨਾਂ ਨੇ ਸ਼ੁਰੂਆਤ ਕੀਤੀ ਦੌਰ ਜਿਹੜਾ ਪਹਿਲਵਾਨੀ ਦਾ ਸਫ਼ਰ ਜਿਹੜਾ ਉੱਥੋਂ ਸ਼ੁਰੂ ਕੀਤਾ ਪਹਿਲਵਾਨ ਜੀ ਤੁਹਾਡੀ ਜਨਮ ਤੁਹਾਡਾ ਕਦੋਂ ਹੋਇਆ ਕਿਹੜੇ ਸਾਲ ਦੇ ਵਿੱਚ ਤੁਹਾਡਾ ਜਨਮ ਹੋਇਆ ਤੇ ਕਿੱਥੇ ਥੋੜਾ ਜਨਮ ਹੋਇਆ ਭਾਈ ਮੇਰਾ 1996 ਦਾ ਡੇਟ ਆਫ ਬਰਥ ਆ ਤੇ ਮੇਰਾ ਉੱਥੇ ਸੁਲਤਾਨਪੁਰ ਲੋਧੀ ਜਨਮ ਹੋਇਆ ਸੀਗਾ ਤੇ ਐਜੂਕੇਸ਼ਨ ਪੜ੍ਹਾਈ ਹੁਣ ਤੱਕ ਤੁਸੀਂ ਜਿਹੜੀ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਕਿੱਥੋਂ ਤੱਕ ਦੀ ਪੜ੍ਹਾਈ ਜਿਹੜੀ ਸਟੱਡੀ ਪ੍ਰਾਪਤ ਕੀਤੀ ਭਾਈ ਮੈਂ ਬੀਏ ਚ ਮੈਂ ਬੀਏ ਤੱਕ ਪੜ੍ਹਾਈ ਕੀਤੀ ਤੇ ਸੁਲਤਾਨਪੁਰ ਲੋਧੀ ਮੈਂ ਪੜਿਆ ਭਾਈ ਤੇ ਜਦੋਂ ਕਿਹੜੇ ਸੰ ਦੇ ਵਿੱਚ ਇੱਥੇ ਖੰਨੇ ਮੀਰੀ ਪੀਰੀ ਕੁਸ਼ਤੀ ਖਾੜਾ ਖੰਨਾ ਇੱਥੇ ਕਦੋਂ ਜੁਆਇਨਿੰਗ ਕੀਤੀ ਤੁਸੀਂ ਇੱਥੇ ਕਦੋਂ ਕਿੱਦਾਂ ਆਉਣ ਦਾ ਉੱਥੋਂ ਆਉਣ ਦਾ ਇੱਥੇ ਜਾਣ ਦਾ ਮਤਲਬ ਜਿਹੜਾ ਕਿੱਦਾਂ ਸੁਭਾਅ ਬਣਿਆ ਹੈ ਭਾਈ 2011 ਚ ਮੈਂ ਇੱਥੇ ਆ ਗਿਆ ਸੀਗਾ ਮੈਂ ਖੰਨੇ ਖਾੜੇ ਚ ਤੇ ਉੱਥੇ ਮਿੱਟੀ 'ਚ ਕਰਦੇ ਸੀਗੇ ਚਲੋ ਜਿੰਨਾ ਕੋ ਉਹਨਾਂ ਨੇ ਪਲਵਾਨ ਹੋਣਾ ਨੇ ਸਿਖਾਇਆ ਉਹਨਾਂ ਕੋ ਉੱਥੇ ਚਲੋ ਕੀਤੀ ਮਿੱਟੀ 'ਚ ਪਰ ਬਾਅਦ 'ਚ ਹੀ ਗਿਆ ਪਲਵਾਨ ਹੋਣੀ ਕਹਿੰਦੇ ਕਿ ਮੈਟ ਤੇ ਜਾ ਦੇ ਜਦੋਂ ਮੇਰੇ ਚਾਚਾ ਹੀ ਬਾਹਰ ਰਹਿੰਦੇ ਸੀ ਇੰਗਲੈਂਡ ਤੇ ਉਹ ਕਹਿੰਦੇ ਕਿ ਨਹੀਂ ਮੈਟ ਤੇ ਜਾਰੀ ਕਰਨੀ ਆ ਤਾਂ ਫਿਰ ਉੱਥੋਂ ਫਿਰ ਇੱਥੇ ਸ਼ਿਫਟ ਹੋ ਗਏ ਫਿਰ ਪਤਾ ਕੀਤਾ ਇਹ ਖਾੜਾ ਵਧੀਆ ਰਿਜ਼ਲਟ ਸੀ ਇਹ ਖਾੜੇ ਦਾ ਇੱਥੇ ਕ੍ਰਿਸ਼ਨ ਸੀਗਾ ਰੂਬਲ ਹੀ ਜਦੋਂ ਪਲਵਾਨ ਵੱਡੇ ਸਾਰੇ ਹੀ ਨਾ ਤੇ ਮੁਕੇਸ਼ ਪਲਵਾਨਾ ਹੋਣੀ ਆਪ ਐਸਪੀ ਜਿਹੜੇ ਸਾਡੇ ਕੋਚ ਆ ਤੇ ਉਹ ਫਿਰ ਇੱਥੇ ਮੈਟ ਦਾ ਬਹੁਤ ਵਧੀਆ ਹੀਗਾ ਤੇ ਫਿਰ ਇੱਥੇ ਆ ਗਏ ਮੈਟ ਤੇ ਕਰਨ ਮਕੇਸ਼ ਕੁਮਾਰ ਜੀ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਮੀਰੀ ਪੀਰੀ ਕੁਸ਼ਤੀਖਾੜਾ ਖੰਨੇ ਦੇ ਵਿੱਚ ਚੱਲਦਾ ਤੇ ਜਿੱਥੇ ਸੈਂਕੜੇ ਪਹਿਲਵਾਨ ਪਹਿਲਵਾਨੀ ਦੇ ਜੋਹਰ ਦਿਖਾਉਂਦੇ ਆ ਪਹਿਲਵਾਨੀ ਦੀ ਪ੍ਰੈਕਟਿਸ ਕਰਦੇ ਆ ਅਨੇਕਾਂ ਪਹਿਲਵਾਨ ਨੇ ਜਿਨ੍ਹਾਂ ਨੇ ਪੰਜਾਬ ਦੀ ਚੋਲੀ ਮੈਡਲ ਪਾਇਆ ਤੇ ਨਾਮ ਰੋਸ਼ਨ ਕੀਤਾ ਇਸ ਕੁਸ਼ਤੀਖਾੜੇ ਦਾ ਆਪਣੇ ਪੰਜਾਬ ਦਾ ਲਾਪਰੀਤ ਹੁਣ ਤੱਕ मतलेड़े स्कूल गेम्स ਨੇ ਜਿਹੜੀਆਂ ਕੰਪੀਟੀਸ਼ਨ ਕਿਹੜੇ-ਕਿਹੜੇ ਤੁਸੀਂ ਪਾਰਟਿਸਿਪੇਟ ਕੀਤਾ ਜਾਂ ਕਿੱਥੋਂ-ਕਿੱਥੋਂ ਤੁਹਾਡੇ ਮੈਡਲ ਨੇ ਉਹਨਾਂ ਬਾਰੇ ਦੱਸੋ ਭਾਈ ਮੇਰਾ ਸਕੂਲ ਗੇਮ ਚ ਵੀ 골ਡ ਆ ਜੀ ਤੇ ਬਾਅਦ ਚ ਜੂਨੀਅਰ ਖੇਲੀ ਜੂਨੀਅਰ ਚੋਂ ਮੇਰੇ ਦੋ ਮੈਡਲ ਆ ਜੀ ਇੱਕ ਸੈਕਿੰਡ ਇੱਕ ਥਰਡ ਆ ਫਿਰ ਉਸ ਤੋਂ ਬਾਅਦ ਯੂਨੀਵਰਸਿਟੀ ਵਿੱਚ ਮੇਰਾ 골ਡ ਆ ਭਾਈ ਫਿਰ ਐਗਤੀ ਸੀਨੀਅਰ ਨੈਸ਼ਨਲ ਹੋਈ ਹੁਣ 2021 ਚ ਜਨਵਰੀ ਚ ਤੇ ਉਹਦੇ ਵਿੱਚ ਮੇਰਾ ਥਰਡ ਪੋਜੀਸ਼ਨ ਆਈ ਆ ਜਿਹੜੀ ਸੀਨੀਅਰ ਨੈਸ਼ਨਲ ਹੋਈ ਆ ਇਹ ਕਿੱਥੇ ਹੋਈ ਸੀ ਭਲਵਾਂ ਜੀ ਤੇ ਕਿਹੜੇ-ਕਿਹੜੇ ਭਲਵਾਂ ਨਾਲ ਤੁਹਾਡਾ ਜਿਹੜਾ ਕੰਪੀਟੀਸ਼ਨ ਹੋਇਆ ਇਹ ਭਾਈ ਦਿੱਲੀ ਵਿੱਚ ਹੋਈ ਸੀ ਇੱਕ ਟੀ ਤੇ ਤੇ ਨਵਾਈਡਾ ਦੇ ਨਵਾਈਡਾ ਚ ਹੋਈ ਸੀ ਤੇ ਦਿੱਲੀ ਦੇ ਨਾਲ ਹੀ ਆ ਤੇ ਉਹਦੇ ਵਿੱਚ ਭਾਈ ਮੇਰੇ ਹਰਿਆਣੇ ਨਾਲ ਦਿੱਲੀ ਨਾਲ ਤੇ ਉਹਨਾਂ ਨਾਲ ਮੁੰਡਿਆਂ ਨਾਲ ਕੰਪੀਟੀਸ਼ਨ ਹੋਇਆ ਤੇ ਬਹੁਤ ਵਧੀਆ ਕੁਸ਼ਤੀਆਂ ਹੋਈਆਂ ਭਾਈ ਇੱਥੇ ਚਲੋ ਤੇ ਪਹਿਲਵਾਨ ਜੀ ਹੁਣ ਤੱਕ ਕਿਹੜੀਆਂ ਸਟੇਟਾਂ ਦੇ ਵਿੱਚ ਤੁਸੀਂ ਆਪਣੀ ਕੁਸ਼ਤੀ ਦੇ ਜਿਹੜੇ ਜੋਰ ਦਿਖਾਏ ਆ ਤੇ ਕਿੰਨਾ ਕੁ ਪਿਆਰ ਮਿਲਦਾ ਜਦੋਂ ਤੁਸੀਂ ਬਾਹਰ ਕਿਤੇ ਜਾਂਦੇ ਹੋ ਕਿਹੜੀਆਂ-ਕਿਹੜੀਆਂ ਸਟੇਟਾਂ ਨੇ ਜਿੱਥੇ ਤੁਸੀਂ ਕੁਸ਼ਤੀ ਹੁਣ ਤੱਕ ਲੜ ਕੇ ਆਏ ਹੋ ਭਾਈ ਜੰਮੂ ਹਿਮਾਚਲ ਤੇ ਮਹਾਰਾਸ਼ਟਰ ਤੇ ਹਰਿਆਣੇ ਚ ਇਹਨਾਂ ਚਾਰਾਂ ਸਟੇਟਾਂ ਚ ਬਹੁਤ ਜ਼ਿਆਦਾ ਕਰੀਜ ਆ ਭਾਈ ਕੁਸ਼ਤੀ ਦਾ ਤੇ ਇਹਨਾਂ ਚ ਬਹੁਤ ਜ਼ਿਆਦਾ ਪਿਆਰ ਮਿਲਦਾ ਭਾਈ ਤੇ ਤੁਹਾਡਾ ਹਰ ਇੱਕ ਬੰਦੇ ਦਾ ਕੋਈ ਮਤਲਬ ਆਈਡਲ ਹੀਰੋ ਹੁੰਦਾ ਜਿਹਨੂੰ ਦੇਖ ਕੇ ਬੰਦਾ ਪਹਿਲਵਾਨੀ ਸਫਰ ਜਿਹੜਾ ਸ਼ੁਰੂ ਕਰਦਾ ਮਤਲਬ ਉਹਦੇ ਮਨ ਦੇ ਵਿੱਚ ਹੁੰਦੀ ਆ ਵੀ ਮੈਂ ਫਲਾਣੇ ਪਹਿਲਵਾਨ ਵਰਗਾ ਬਣਨਾ ਚਾਹਣਾ ਤੁਹਾਡਾ ਆਈਡਲ ਹੀਰੋ ਕੌਣ ਸੀਗਾ ਜਿਹਨੂੰ ਤੁਸੀਂ ਦੇਖ ਕੇ ਜਿਹਦੇ ਵਰਗਾ ਤੁਸੀਂ ਬਣਨਾ ਚਾਹਿਆ ਭਾਈ ਮੇਰਾ ਆਈਡਲ ਰੂਬਲ ਹੀ ਆ ਜੀ ਖੰਨੇ ਵਾਲਾ ਤੇ ਭਵਾਨ ਨਾਲ ਮੈਂ ਦੇਖ ਕੇ ਹੀ ਸਾਰਾ ਕੁਝ ਮੈਨੂੰ ਉਹਦੀ ਲੜੰਤ ਜਾਂ ਉਹਦੀ ਮੈਂ ਵੀਡੀਓ ਦੇਖਦਾ ਰਹਿਣਾ ਕਿ ਕਿੱਦਾਂ ਕੋਲਦਾ ਜਾਂ ਬਾਵਾ ਚਲਾਉਂਦਾ ਜਾਂ ਲੱਤਾਂ ਨੂੰ ਕਿੱਦਾਂ ਮੂਵਮੈਂਟ ਕਰਦਾ ਜਦਾਂ ਅਟੈਕ ਦਾ ਜਾਂ ਸਾਰਾ ਕੁਝ ਉਹਦੇ ਵਾਲ ਦੇਖ ਕੇ ਜਦੋਂ ਭਵਾਨ ਉੱਥੇ ਆਉਂਦਾ ਵੀ ਅਖਾੜੇ ਆਉਂਦੇ ਉਹ ਦੱਸਦਾ ਵੀ ਆ ਕਿ ਇਦਾਂ ਕਰਨਾ ਇਦਾਂ ਲੜਨਾ ਨਾ ਥੱਲੇ ਨਹੀਂ ਬਹਿਣਾ ਮਿੱਟੀ ਦੀ ਕੁਸ਼ਤੀ 'ਚ ਥੋੜਾ ਹੁੰਦਾ ਹੈ ਕਿ ਜਲਦੀ ਨਾਲ ਦੀ ਨਾਲ ਬੰਦਾ ਫਸ ਵੀ ਜਾਂਦਾ ਨਾਲ ਦੀ ਨਾਲ ਨਿਕਲ ਜਾਂਦਾ ਉੱਠ ਜਾਂਦਾ ਤੇ ਬਸ ਭਵਾਨ ਦੀ ਗੱਲ ਦੇਖ ਕੇ ਮੈਨੂੰ ਪੂਰਾ ਲੜਨ ਦਾ ਉਹਦੇ ਵਾਂਗੂ ਹੀ ਮੈਨੂੰ ਵਧੀਆ ਲੱਗਦਾ ਜਦੋਂ ਭلوان ਲੜਦਾ ਹਾਂਜੀ ਇੱਥੇ ਕੁਸ਼ਤੀਖਾੜਾ ਮੀਰੀ ਪੀਰੀ ਦੇ ਵਿੱਚ ਅ ਤੁਹਾਡੇ ਉਰੇ ਉਸਤਾਦ ਤੁਹਾਡੇ ਕੌਣ ਨੇ ਤੇ ਕਿਹੜੇ ਕੋਚ ਸਾਹ ਨੇ ਜਿਹੜਾ ਤੁਹਾਨੂੰ ਪ੍ਰੈਕਟਿਸ ਵਗੈਰਾ ਕਰਾਉਂਦੇ ਆ ਇੱਥੇ ਜੀ ਮੁਕੇਸ਼ ਭلوانਾ ਜੀ ਐਸਪੀ ਸਾਹਿਬ ਤੇ ਜਿਹੜੇ ਆਪ ਖੁਦ ਅਰਜਨ ਵਾਡੀ ਆ ਜੀ ਤੇ ਭلوان ਹੋਣਾ ਨੇ ਸਵੇਰੇ ਵੀ ਸ਼ਾਮ ਨੂੰ ਦੋਨੇ ਟਾਈਮ ਆਉਂਦੇ ਨਾਲ ਜੌਬ ਕਰਦੇ ਆ ਆਪਦੀ ਤੇ ਤੇ ਸਵੇਰੇ ਸ਼ਾਮ ਭلوانੀ ਕਰਾਉਂਦੇ ਸਾਨੂੰ ਤੇ ਬਹੁਤ ਵਧੀਆ ਜੀ ਭلوانਾ ਕ੍ਰਿਕਟ ਕੀ ਸ਼ਡਿਊਲ ਰਹਿੰਦਾ ਪ੍ਰੈਕਟਿਸ ਦਾ ਕਿੰਨੇ ਟਾਈਮ ਤੁਸੀਂ ਪ੍ਰੈਕਟਿਸ ਕਰੇ ਮਤਲਬ ਟ੍ਰੇਨਿੰਗ ਦਾ ਕੀ ਟਾਈਮ ਹੁੰਦਾ ਤੁਹਾਡਾ ਸਵੇਰੇ ਸ਼ਾਮ ਦਾ ਭਾਈ ਸਵੇਰੇ ਜਿਦਾਂ 5 ਵਜੇ ਦਾ ਹੁੰਦਾ ਟਾਈਮ ਤੇ 5 ਤੋਂ 8 ਤੇ ਸ਼ਾਮ ਨੂੰ ਵੀ ਭਾਈ 5 ਤੋਂ 8 ਹੀ ਹੁੰਦਾ ਟਾਈਮ ਤੇ ਦੋਨੋਂ ਟਾਈਮ ਭਲਾ ਜੀ ਆਪ ਆ ਕੇ ਕਰਾਉਂਦੇ ਆ ਤੇ ਵੱਖਰਾ ਵੱਖਰਾ ਸ਼ਡਿਊਲ ਹੁੰਦਾ ਜਿਦਾ ਸੋਮਵਾਰ ਮੰਗਲਵਾਰ ਬੁੱਧਵਾਰ ਹਰ ਰੋਜ਼ ਵੱਖਰਾ ਵੱਖਰਾ ਸ਼ਡਿਊਲ ਹੁੰਦਾ ਜਿਦਾ ਦੋ ਦਿਨ ਯੋਗ ਹੁੰਦੇ ਆ ਦੋ ਦਿਨ ਜਿਮ ਹੁੰਦਾ ਦੋ ਦਿਨ ਗੇਮ ਹੁੰਦੀ ਇਦਾਂ ਭਾਈ ਹੁੰਦਾ ਸਾਰਾ ਤੁਹਾਨੂੰ ਮਿੱਟੀ ਦੀ ਕੁਸ਼ਤੀ ਜ਼ਿਆਦਾ ਪਸੰਦ ਆ ਲੜਨੀ ਜਾਂ ਮੈਟ ਦੀ ਕੁਸ਼ਤੀ ਭਾਈ ਮੈਨੂੰ ਦੋਨੋਂ ਕੁਸ਼ਤੀਆਂ ਪਸੰਦ ਆ ਜੀ ਮੈਂ ਮੈਟ ਤੇ ਵੀ ਲੜਦਾ ਹਾਂ ਔਰ ਮਿੱਟੀ ਤੇ ਵੀ ਲੜਦਾ ਹਾਂ ਜਿੱਦਾਂ ਸ਼ਡਿਊਲ ਦੇ ਹਿਸਾਬ ਨਾਲ ਵੀ ਹੁੰਦਾ ਆ ਕਿ ਹਫ਼ਤੇ 'ਚ ਦੋ ਦਿਨ ਮਿੱਟੀ ਤੇ ਹੁੰਦਾ ਤੇ ਦੋ ਦਿਨ ਮੈਟ ਤੇ ਹੁੰਦਾ ਤੇ ਮੈਂ ਦੋਵੇਂ ਹੀ ਕੁਸ਼ਤੀਆਂ ਲੜਦਾ ਭਾਈ ਮਿੱਟੀ ਵਾਲੀ ਵੀ ਔਰ ਮੈਟ ਵਾਲੀ ਵੀ ਤੇ ਹੁਣ ਤੱਕ ਜਿਹੜੇ ਟਾਈਟਲ ਆ ਕੋਈ ਥੋੜੇ ਹਿੱਸੇ ਆਇਆ ਕੋਈ ਟਾਈਟਲ ਹੁਣ ਤੱਕ ਕਿਹੜੇ ਟਾਈਟਲ ਜਿੱਤੇ ਆ ਪੰਜਾਬ ਕੇ ਸੀ ਦਾ ਭਾਈ ਟਾਈਟਲ ਮੈਂ ਜਿੱਤਿਆ ਜੀ 2016 'ਚ ਤੇ ਉਹਦੇ ਵਿੱਚ ਅਮਰਤਪਾਲ ਲਹੀਗਾ ਗੋਲਵਾਗ ਵਾਲਾ ਮੁੰਡਾ ਵਧੀਆ ਹੈ ਤੇ ਰਾਮਬੀਰ ਭلوان ਸੀਗਾ ਜਿਹੜਾ ਰੇਲਵੇ ਚ ਭਰਤੀਤ ਕਰਨ ਮੁੰਡਾ ਹੀ ਖੰਨੇ ਵਾਲਾ ਤੇ ਹੋਰ ਮੁੰਡੇ ਤੇ 4 ਹੀ ਵਧੀਆ ਸੀ ਜਿਹੜੇ ਲੜਦੇ ਸੀ ਟਾਈਟਲ ਚ ਕਿੱਥੇ ਹੋਇਆ ਸੀਗਾ ਜੀ ਕੰਪੀਟੀਸ਼ਨ ਇਹ ਇਹ ਭਾਈ ਇਥੇ ਲੁਧਿਆਣੇ ਦੇ ਲਾਗੇ ਹੋਇਆ ਹੀਗਾ ਪੰਜਾਬ ਕੇਸਰੀ ਬਣੇ ਪਏ ਪੰਜਾਬ ਕੀ ਸ੍ਰੀ ਦਾ ਟਾਈਟਲ ਜਿਹੜਾ ਉੱਥੇ ਕੰਪੀਟੀਸ਼ਨ ਦੇ ਵਿੱਚ ਜਿੱਤਿਆ ਤੇ ਪਹਿਲਵਾਨ ਜੀ ਹੁਣ ਤੱਕ ਜੇਕਰ ਇਨਾਮਾਂ ਦੀ ਗੱਲ ਕਰੀਏ ਤੁਹਾਡੇ ਪ੍ਰਾਈਜ਼ ਜਿਹੜੇ ਤੁਸੀਂ ਦੰਗਲਾਂ ਦੇ ਵਿੱਚੋਂ ਜਿੱਤੇ ਆ ਸ਼ਿੰਝਾਂ ਦੇ ਵਿੱਚੋਂ ਜਿੱਤੇ ਆ ਕੀ ਕੀ ਪ੍ਰਾਈਜ਼ ਜਿਹੜੇ ਜਿੱਤੇ ਹੁਣ ਤੱਕ ਭਾਈ ਮੈਂ 15 16 ਮੋਟਰਸਾਈਕਲ ਜਿੱਤੇ ਪਏ ਆ ਤੇ ਝੋਟੀਆਂ ਤੇ ਬਾਕੀ ਸੋਨਾ ਜ ਮੁੰਦੀਆਂ ਜਾਂ ਕੜੇ ਕੁਝ ਵੀ ਮਿਲਦਾ ਭਾਈ ਤੇ ਬਾਕੀ ਜ਼ਿਆਦਾਤਰ ਅੱਜ ਕੱਲ ਨਾ ਮੀਰਾਸ਼ੀ ਹੁੰਦੀ ਆ ਤੇ ਹਾਂਜੀ ਭਾਈ ਤੇ ਪਹਿਲਾ ਮੋਟਰਸਾਈਕਲ ਜਿਹੜਾ ਉਹ ਕਿੱਥੇ ਚ ਜਿੱਤਿਆ ਤੁਸੀਂ ਨੇ ਕਿਹੜੇ ਪਹਿਲਵਾਨ ਨੂੰ ਚਿਤ ਕਰਕੇ ਜਿੱਤਿਆ ਭਾਈ ਰੂਪੋਵਾਲ ਸੁਨੀਲ ਜੀਰਖਪੁਰ ਨਾਲ ਕੁਸ਼ਤੀ ਹੋਈ ਤੇ ਪੁਆਇੰਟ ਤੇ ਮੈਂ ਜਿੱਤਿਆ ਸੀ ਤਾਂ ਉੱਥੇ ਮੈਂ ਪਹਿਲਾ ਮੋਟਰਸਾਈਕਲ ਜਿੱਤਿਆ ਹਾਂਜੀ ਤੇ ਪਹਿਲਵਾਨ ਜੀ ਨੌਕਰੀ ਦੇ ਲਈ ਤੁਹਾਡਾ ਮਤਲਬ ਟਰਾਈ ਨਹੀਂ ਕੀਤਾ ਕਦੇ ਜੌਬ ਦੇ ਲਈ ਕਿਦਾਂ ਭਾਈ ਪਹਿਲਾਂ ਰੇਲਵੇ ਚ ਕੀਤਾ ਹੀ ਦੋ ਤਿੰਨ ਵਾਰ ਟਰਾਈ ਨਹੀਂ ਕੰਮ ਬਣਿਆ ਤੇ ਹੁਣ ਪੰਜਾਬ ਪੁਲਿਸ ਜਿੱਦਾਂ ਆਊਗੀ ਭਰਤੀ ਤੇ ਇਹਦੇ ਵਿੱਚ ਕਰਾਂਗੇ ਟ੍ਰਾਇਲ ਭਾਈ ਤੇ ਇਹ ਚੋ ਹੋ ਜਾਣਾ ਤੇ ਖੁਰਾਕ ਪਾਣੀ ਦਾ ਕਿੱਦਾਂ ਮੈਨੇਜ ਕਰਦਾਂ ਤੁਹਾਡੀ ਜਿਹੜੀ ਖੁਰਾਕ ਹੈ ਖਾਣ ਪੀਣ ਦਾ ਸਾਰੇ ਦਿਨ ਦੀ ਡਾਈਟ ਜਿਹੜਾ ਡਾਈਟ ਚਾਰਟ ਕੀ ਰਹਿੰਦਾ ਤੁਹਾਡਾ ਖਾਣ ਪੀਣ ਦਾ ਭਾਈ ਜਿੱਦਾਂ ਸਵੇਰੇ ਇੱਥੋਂ ਮਿਹਨਤ ਕਰਕੇ ਚੱਲ ਜਾਂਦੇ ਆ ਜਾ ਕੇ ਬਦਾਮ ਲੱਸੀ ਬ੍ਰੇਕਫਾਸਟ ਜਿੱਦਾਂ ਆਮਲੇਟ ਵਗੈਰਾ ਅੰਡੇ ਹਨਾ ਤੇ ਦੁਪਹਿਰ ਨੂੰ ਜਿੱਦਾਂ ਰੋਟੀ ਪਾਣੀ ਤੇ ਸ਼ਾਮ ਨੂੰ ਸ਼ੇਕ ਪੀ ਕੇ ਫੇ ਆਜ ਦਾ ਮਿਹਨਤ ਤੇ ਆਜ ਦਾ ਇੱਥੋਂ ਫੇਰ ਬਦਾਮ ਜਿੱਦਾਂ ਪੀ ਕੇ ਤੇ ਫੇਰ ਰਾਤ ਨੂੰ ਰੋਟੀ ਖਾ ਗਏ ਬਸ ਇਹੀ ਹੁੰਦਾ ਜਦੋਂ ਪਹਿਲਵਾਨ ਜੀ ਤੁਹਾਡੇ ਕੰਪੀਟੀਸ਼ਨ ਚੱਲਦੇ ਹੁੰਦੇ ਆ ਦੰਗਲਾਂ ਦੇ ਸਿੰਝਾਂ ਜਿਹੜੀਆਂ ਪਿੰਡਾਂ ਦੇ ਵਿੱਚ ਸਿੰਝ ਦੰਗਲ ਮੇਲੇ ਹੁੰਦੇ ਆ ਉਹਦੇ ਲਈ ਸਪੈਸ਼ਲ ਤਿਆਰੀ ਕਰਦੇ ਹਾਂ ਜਾਂ ਮੈਡ ਦੇ ਕੰਪੀਟੀਸ਼ਨਲ ਸਪੈਸ਼ਲ ਜਾਂ ਇੱਕੋ ਜੀ ਰੁਟੀਨ ਹੁੰਦੀ ਆ ਹਰ ਰੋਜ਼ ਨਹੀਂ ਭਾਜੀ ਇੱਕੋ ਜੀ ਰੁਟੀਨ ਹੁੰਦੀ ਆ ਕੋਈ ਜ਼ਿਆਦਾ ਖਾਸ ਫਰਕ ਨਹੀਂ ਹੁੰਦਾ ਤੇ ਜਦਾਂ ਮੈਡ ਤੇ ਮੈਡ ਦਾ ਕੰਪੀਟੀਸ਼ਨ ਆ ਫਿਰ ਮੈਡ ਲਗਾਤਾਰ ਕਰਨਾ ਪੈਂਦਾ ਸਾਨੂੰ ਤੇ ਜੇ ਮਿੱਟੀ ਦੇ ਜਦੋਂ ਪਤਾ ਹੁਣ ਭਾਦੋਂ ਆਏ ਨਹੀਂ ਸਿੰਝਾਂ ਆਣੀਆਂ ਫਿਰ ਉੱਥੇ ਮਿੱਟੀ ਜ਼ੋਰ ਵਧਾ ਦਿੱਤੀ ਥੋੜੇ ਜਿਆਦੇ ਉਦਾਂ ਦਾ ਰੈਗੂਲਰ ਉਹੀ ਮਿਹਨਤ ਚੱਲਦੀ ਉਹੀ ਸਾਰਾ ਕੁਝ ਭਾਈ ਇੱਕ ਹਫਤੇ ਦੇ ਵਿੱਚ ਕਿੰਨੇ ਦਿਨ ਮੈਟ ਤੇ ਪ੍ਰੈਕਟਿਸ ਕਰਦੇ ਹਾਂ ਤੇ ਕਿੰਨੇ ਦਿਨ ਅ ਮਿੱਟੀ ਤੇ ਕਰਦੇ ਹਾਂ ਭਾਈ ਤਿੰਨ ਕਿ ਦਿਨ ਹੀ ਮਿੱਟੀ ਤੇ ਕਰੀਦੇ ਆ ਤਿੰਨ ਕਿ ਦਿਨ ਹੀ ਮੈਟ ਤੇ ਕਰੀਦੇ ਆ ਤੇ ਬਾਕੀ ਇੱਕ ਅੱਧਾ ਦਿਨ ਜਿਹੜਾ ਰਹਿ ਜਾਂਦਾ ਜਿਹਦਾ ਐਤਵਾਰ ਜਿਹਦਾ ਫੁੱਟਬਾਲ ਗੇਮ ਲਾ ਲਾ ਜਾਉਂ ਕੁਛ ਇਦਾਂ ਭਾਈ ਪਹਿਲਵਾਨੀ ਤੋਂ ਇਲਾਵਾ ਤੁਹਾਡਾ ਹੋਰ ਕੋਈ ਸ਼ੌਕ ਫੁੱਟਬਾਲ ਖੇਡਣਾ ਭਾਈ ਬਹੁਤ ਵਧੀਆ ਲੱਗਦਾ ਫਟਬਾਲ ਦੇ ਵਿੱਚ ਤੁਹਾਡਾ ਪਸੰਦੀਦਾ ਖਿਡਾਰੀ ਕੋਈ ਜਿੱਦਾਂ ਭਾਈ ਮੈਸੀ ਹੋ ਗਿਆ ਰonaldo ਇਹਨੇ ਭਾਈ ਵਧੀਆ ਇਹਨਾਂ ਨਾਲ ਦੇਖਿੰਦੀ ਹੈ ਨਾ ਪਹਿਲਵਾਨ ਜੀ ਮਿੱਟੀ ਦੇ ਪਹਿਲਵਾਨਾਂ ਦੇ ਵਿੱਚੋਂ ਤੁਹਾਡਾ ਕੋਈ ਪਸੰਦੀਦਾ ਪਹਿਲਵਾਨ ਜਿਹਨੂੰ ਤੁਸੀਂ ਲਾਈਕ ਕਰਦੇ ਹੋ ਭਾਈ ਮੈਂ ਰੂਬਲ ਖੰਨੇ ਵਾਲੇ ਨੂੰ ਹੀ ਲਾਈਕ ਕਰਦਾ ਜਿਆਦਾ ਭਾਈ ਓਡੀ ਮਿੱਤਰਤਾ ਵੀ ਬਹੁਤ ਆ ਰੂਬਲ ਪਹਿਲਵਾਨ ਜੀ ਖੰਨਾ ਦੇ ਨਾਲ ਪਿਆਰ ਭਰਾਵਾਂ ਤੋਂ ਵੱਧ ਕੇ ਪਿਆਰ ਆ ਪਹਿਲਵਾਨ ਜੀ ਦਾ ਤੇ ਪਹਿਲਵਾਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿਹੜੇ ਕਿਹੜੇ ਪਹਿਲਵਾਨਾਂ ਦੇ ਨਾਲ ਤੁਹਾਡੀ ਇੱਛਾ ਵੀ ਤੁਸੀਂ ਕੁਸ਼ਤੀ ਲੜਨਾ ਚਾਹੁੰਦੇ ਹੋ ਭਾਈ ਮੇਰੀ ਇੱਛਾ ਹੈਗੀ ਜਿੱਦਾਂ ਧਰਮਿੰਦਰ ਕੋਹਾਲੀ ਵਾਲਾ ਹੋ ਗਿਆ ਪਹਿਲਵਾਨ ਵੱਡਾ ਇਹਨਾਂ ਨਾਲ ਲੜਨਾ ਚਾਹੁੰਦਾ ਜੱਸਾ ਪੱਟੀਨਾ ਜਾਂ ਪ੍ਰੇਤਪਾਲ ਫਗਵਾੜਾ ਮੁੰਡਾ ਤੇ ਇਹਨਾਂ ਨਾਲ ਮੇਰਾ ਹੁੰਦਾ ਗਾ ਟਾਰਗੇਟ ਆ ਅਗਲਾ ਕਿ ਇਹਨਾਂ ਨਾਲ ਮੈਂ ਕੁਸ਼ਤੀ ਦਿਖਾਵਾਂ ਤੇ ਹੁਣ ਤੱਕ ਜ਼ਿੰਦਗੀ ਦੀ ਕੋਈ ਕੁਸਤੀ ਜਿਹੜੀ ਤੁਹਾਨੂੰ ਲੱਗੀ ਹੋਵੇ ਵੀ ਬਹੁਤ ਸੰਘਰਸ਼ ਕਰਿਆ ਕੁਸਤੀ ਵਿੱਚ ਬਹੁਤ ਜ਼ਿਆਦਾ ਜ਼ੋਰ ਲੱਗਿਆ ਕੋਈ ਹੈ ਕੋਈ ਇਹੋ ਜੀ ਕੁਸਤੀ ਯਾਦ ਕਰ ਹਾਂਜੀ ਭਾਜੀ ਹੈਗੀ ਆ ਭਪਿੰਦਰ ਜਨਾਲੇ ਵਾਲਾ ਜਿਹੜਾ ਪ੍ਰਵਾਨਾ ਜੀ ਉਹਨਾਂ ਮੇਰੀਆਂ ਕੁਸਤੀਆਂ ਹੋਈਆਂ ਪੰਜ ਸੱਤ ਕੁਸਤੀਆਂ ਆ ਪਰ ਪਹਿਲੀ ਕੁਸਤੀ ਬਹੁਤ ਵਧੀਆ ਜਿਆਦੀ ਕੁਸਤੀ ਵਧੀਆ ਹੀ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਪ੍ਰਵਾਨਾ ਕੋਲ ਕੇ ਕਿਉਂਕਿ ਪ੍ਰਵਾਨਾ ਸਦਾ ਬਾਹਰ ਪ੍ਰਵਾਨਾ ਜੀ ਕੀ ਕਹਿੰਦੇ ਜਿਹੜਾ ਉਹਨਾਂ ਕੋਲ ਲਾਉ ਜੋ ਟੱਪ ਜਾਂਦਾ ਜੀ ਜਾਂ ਜੋੜ ਚ ਵੜ ਜਾਂਦਾ ਜੀ ਪੋਪਲੋਂ ਨਾਲ ਕੋਲ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਮਹਿਸੂਸ ਹੋਇਆ ਔਰ ਮੈਨੂੰ ਕੋਚ ਨੇ ਵੀ ਜਾਂ ਮੇਰੇ ਘਰਦਿਆਂ ਨੇ ਮੇਰੇ ਚਾਚਾ ਜੀ ਨੇ ਮੈਨੂੰ ਵਧੀਆ ਕਿਹਾ ਕਿ ਹੁਣ ਤੂੰ ਸਹੀ ਚੱਲ ਹੋ ਗਿਆ ਠੀਕ ਹੁਣ ਤੋਂ ਹਾਂ ਕੋਈ ਪਸੰਦੀਦਾ ਕੁਸ਼ਤੀ ਜਿਹਨੂੰ ਦੇਖ ਮਤਲਬ ਜਿਹਦਾ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕੀਤੀ ਹੋਵੇ ਕਿਸੇ ਪਹਿਲਵਾਨ ਨੂੰ ਚਿਤ ਕਰਕੇ ਜਾਂ ਜਿੱਦਾਂ ਵੀ ਕੁਸ਼ਤੀ ਕੋਈ ਹਾਂਜੀ ਇੱਕ ਮੇਰੀ ਜੱਸੇ ਨਾਲ ਹੋਈ ਹੀ ਕੁਸ਼ਤੀ ਵੀ ਜੱਸਾ ਪਹਿਲਵਾਨ ਪੱਟੀ ਹਾਂਜੀ ਹਾਂ ਜੱਸਾ ਪਹਿਲਵਾਨ ਪੱਟੀ ਮੈਡ ਤੇ ਕੁਸ਼ਤੀ ਹੋਈ ਯੂਨੀਵਰਸਿਟੀਆਂ ਚ ਤੇ ਮੈਂ ਪਹਿਲਵਾਨ ਨੂੰ ਹਰਾਇਆ ਸੀ ਤਾਂ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਵਧੀਆ ਜਾਨੀ ਕੋਚਾ ਨੇ ਵੀ ਹਰੇਕ ਨੇ ਕਿਹਾ ਕਿ ਬਹੁਤ ਵਧੀਆ ਜਾਨੀ ਕਿ ਮੇਰ ਤੋਂ ਪਹਿਲਵਾਨ ਦੋ ਰੰਡੇ ਉੱਪਰ ਹੀ ਆ ਜੀ ਤੇ ਫਿਰ ਆਇਆ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਔਰ ਮੇਰੇ ਘਰਦਿਆਂ ਨੇ ਮੇਰੇ ਰਿਸ਼ਤੇਦਾਰਾਂ ਨੇ ਜਿਹੜੇ ਮੇਰੇ ਟੱਚ ਜਾਈ ਸਾਰੇ ਬਹੁਤ ਵਧੀਆ ਉਹਨਾਂ ਨੇ ਮੈਨੂੰ ਸ਼ਾਬਾਸ਼ ਇਸ ਚੀਜ਼ ਵਧੀਆ ਲੱਗਾ ਜੀ ਪਹਿਲਵਾਨ ਜੀ ਤੁਹਾਡਾ ਗੈਪ ਰਿਹਾ ਪਹਿਲਵਾਨੀ ਦੇ ਵਿੱਚੋਂ ਥੋੜਾ ਮਤਲਬ ਕੀ ਕਾਰਨ ਸੀ ਸਾਲ ਦੋ ਸਾਲ ਤੁਸੀਂ ਦੇਖਿਆ ਨਹੀਂ ਦੰਗਲਾਂ ਦੇ ਵਿੱਚ ਤੇ ਜਦੋਂ ਹੁਣ ਵਾਪਸੀ ਹੋਈ ਆ ਤੁਹਾਡੀ ਇਹਦਾ ਕੀ ਕਾਰਨ ਸੀ ਵੀ 66 ਮੇਲਿਆਂ ਤੋਂ ਜਿਹੜਾ ਪਿੱਛੇ ਰਹਿ ਤੁਸੀਂ ਭਾਈ ਮੇਰੇ ਸੱਟ ਲੱਗੀ ਸੀ ਮੋਢੇ ਦੇ ਉੱਪਰ ਤੇ ਮੋਢਾ ਜਿੱਦਾਂ ਮੈਂ ਪਹਿਲੀ ਇੱਕ ਦੋ ਵਾਰ ਨਿਕਲਿਆ 2017 ਚ ਮੈਂ ਠੀਕ ਲੜਦਾ ਨਹੀਂ 18 ਚ ਮੇਰੇ ਸੱਟ ਲੱਗੀ ਤੇ ਸੱਟ ਲੱਗੀ ਮੋਢੇ ਤੇ ਤੇ ਮੋਢਾ 17 18 ਤੇ 19 ਦੇ ਵਿੱਚ ਲਗਾਤਾਰ 2 ਸਾਲ ਮੋਢੇ ਨੇ ਬਹੁਤ ਤੰਗ ਕੀਤਾ ਜੀ ਘਟੋ ਘਟ ਜਾ ਰਹੀ 7-8 ਵਾਰ ਨਿਕਲ ਗਿਆ ਮੋਢਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਡਾਕਟਰਾਂ ਨੇ ਅਖੀਰ ਕਿਹਾ ਕਿ ਆਪਰੇਸ਼ਨ ਹੀ ਕਰਾਉਣਾ ਪੈਣਾ ਤਾਂ ਫਿਰ ਆਪਰੇਸ਼ਨ ਕਰਾ ਕੇ ਫਿਰ ਦੁਬਾਰਾ ਵੀ ਦੇ ਵਿੱਚ ਵਾਪਸੀ ਕੀਤੀ ਭਾਈ ਤੇ ਅ ਉਸ ਜਰੂਰਾਂ ਟਾਈਮ ਸੀਗਾ ਇੰਜਰੀ ਦਾ ਟਾਈਮ ਥੀ ਜਿਹੜਾ ਜਦੋਂ ਸੱਟ ਲੱਗਿਆ ਤੁਹਾਡੇ ਉਸ ਟਾਈਮ ਦੇ ਵਿੱਚ ਕਿਸੇ ਨੇ ਤੁਹਾਡਾ ਸਾਥ ਦਿੱਤਾ ਨਹੀਂ ਭਾਈ ਕੋਈ ਨਹੀਂ ਸਾਥ ਦਿੰਦਾ ਕਿਸੇ ਦਾ ਠੀਕ ਹੈ ਜੀ ਇੱਕ ਕਰਦੇ ਆ ਤੇ ਜਾਂ ਜਿਹੜੇ ਦੋ ਤਿੰਨ ਯਾਰ ਦੋਸਤ ਆ ਜਾਂ ਮਿੱਤਰ ਜਾਂ ਮੇਰੀ ਭੂਆਰੇ ਮੁੰਡੇ ਆ ਹਰਦੀਪ ਭਾਈ ਤੇ ਗਰਜੀਤ ਭਾਈ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਕਿ ਜਿੰਨਾ ਮੈਂ ਸੋਚਦਾ ਉਤੋਂ ਵੀ ਵੱਧ ਜ਼ਿਆਦਾ ਉਹਨਾਂ ਨੇ ਮੇਰੀ ਸਾਥ ਦਿੱਤਾ ਔਰ ਫੈਮਿਲੀ ਤਾਂ ਹਮੇਸ਼ਾ ਸਪੋਰਟ 'ਚ ਰਹਿੰਦੀ ਆ ਤੁਹਾਡੇ ਫੈਮਿਲੀ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਉਦੋਂ ਮੈਨੂੰ ਕਿ ਕੋਈ ਨਹੀਂ ਚੱਲ ਹੌਸਲਾ ਨਹੀਂ ਛੱਡੀਦਾ ਭਾਈ ਹੌਸਲਾ ਟੁੱਟੀ ਜਾਂਦਾ ਬੰਦੇ ਦਾ ਫਿਰ 2 ਸਾਲ ਦਾ ਗੈਪ ਇੱਕ ਅੱਧੀ ਵਾਰ ਸੱਟ ਲੱਗੀ ਹੋਵੇ ਚਲੋ ਕੋਈ ਚੱਕਰ ਨਹੀਂ ਫਿਰ 8 ਵਾਰ ਮੋਢਾ ਨਿਕਲ ਜਾਣਾ ਫਿਰ ਦੁਬਾਰਾ ਗੈਪ ਡਾਕਟਰਾਂ ਨੇ ਵੀ ਕਹਤਾ ਕਿ ਵੱਡਾ ਆਪਰੇਸ਼ਨ ਆ ਸ਼ਾਇਦ ਨਹੀਂ ਤੂੰ ਕਰ ਸਕਦਾ ਵਾਪਸੀ ਪਰ ਚਲੋ ਫਿਰ ਵੀ ਰੱਬ ਦੀ ਕਿਰਪਾ ਰਹੀ ਤੇ ਕਰਦੇ ਦੀ سپورਟ ਔਰ ਭਾਈ ਹੁਣਾਂ ਦੀ سپورਟ ਤੇ ਜਾਂ ਕੋਚ ਕੋਚ ਵੀ 24 ਘੰਟੇ ਹੀ ਕਰਦੇ ਰਹੇ ਕੋਈ ਨਹੀਂ ਤੂੰ ਆਏਗਾ ਵਾਪਸੀ ਕਰੇਗਾ ਤੇ ਬਸ ਭਾਈ ਫਿਰ ਵਾਪਸੀ ਹੋ ਗਈ ਤਾਂ ਅੱਜ ਠੀਕ ਆ ਭਾਈ ਸਾਰਾ ਸਭ ਰੱਬ ਦੀ ਮਿਹਰ ਹੈ ਸੱਤ ਅੱਠ ਵਾਰ ਇੱਕੋ ਜਿਹੜੇ ਪੁਆਇੰਟ ਤੇ ਸੱਟ ਲੱਗ ਜਾਣੀ ਜਿੱਦਾਂ ਮੋਢੇ ਤੇ ਸੱਟ ਲੱਗੀ ਐ ਪਹਿਲਵਾਨ ਜੀ ਦੇ ਤੇ ਬੰਦੇ ਦਾ ਮਨ ਟੁੱਟ ਜਾਂਦਾ ਪਹਿਲਵਾਨੀ ਤੋਂ ਕਿਉਂਕਿ ਪਹਿਲਵਾਨੀ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਆ ਪਹਿਲਵਾਨ ਦੇ ਲਈ ਪੁਲਵਾਨ ਜੀ ਕੋਈ ਬਣਿਆ ਕੋਈ ਜ਼ਿੰਦਗੀ ਦਾ ਇਹ ਜਿਹਾ ਸੁਭਾਅ ਵੀ ਜਦੋਂ ਦਿਲ ਕਰਿਆ ਵੀ ਹੁਣ ਕਰਨੀ ਹੀ ਨਹੀਂ ਹੈ ਪਹਿਲਵਾਨੀ ਹਾਂਜੀ ਭਾਈ ਇੱਕ ਵਾਰ ਤਾਂ ਲੱਗਾ ਸੀ ਜਦੋਂ ਡਾਕਟਰਾਂ ਨੇ ਸੱਤ ਅੱਠ ਵਾਰ ਮੋਢਾ ਨਿਕਲ ਗਿਆ ਸੀ ਕਿਉਂਕਿ ਇੱਕ ਮਹੀਨਾ ਕਰਦਾ ਹੈਗਾ ਫਿਰ ਦੁਬਾਰਾ ਨਿਕਲ ਜਾਂਦਾ ਹੀ ਫਿਰ 2 ਮਹੀਨੇ ਕਰਤੀ ਫਿਰ ਨਿਕਲ ਜਾਂਦਾ ਹੀ ਦਿਲ ਤੋਂ ਬੜਾ ਟੁੱਟਦਾ ਹੈਗਾ ਬੜਾ ਐਕਸਾਈਆਂ ਕਰਨੀਆਂ ਬੜਾ ਧਿਆਨ ਨਾਲ ਰੱਖਣਾ ਪਰ ਨਹੀਂ ਭਾਈ ਗੱਲ ਨਹੀਂ ਬਣੀ ਫਿਰ ਡਾਕਟਰਾਂ ਨੇ ਕਹਤਾ ਕਿ ਵੱਡਾ ਆਪਰੇਸ਼ਨ ਆ ਫਿਰ ਉਦੋਂ ਬਹੁਤ ਡਰ ਲਾ ਡਾਕਟਰ ਵੀ ਕਹਿੰਦੇ ਕਿ 90% ਚਾਂਸ ਨਹੀਂ ਹੈਗੇ ਕੁਸਤੀ ਦੇ ਹੈਗੇ ਕਿ 10% ਚਾਂਸ ਹੀ ਉਹ ਵੀ ਪਤਾ ਨਹੀਂ ਹੋਵੇ ਕਿ ਨਾ ਹੋਵੇ ਤਾਂ ਫਿਰ ਭਾਈ ਚਲੋ ਉਦੋਂ ਬਹੁਤ ਦਿਲ ਟੁੱਟਿਆ ਫਿਰ ਪਰ ਕਰਾਉਣਾ ਪੈਣਾ ਹੀ ਆਪਰੇਸ਼ਨ ਫਿਰ ਕੀ ਕਰਦੇ ਫਿਰ ਕਰਾਇਆ ਆਪਰੇਸ਼ਨ ਚਲੋ ਹੌਲੀ ਹੌਲੀ ਕੋਚਾਂ ਨੇ ਧਿਆਨ ਦਿੱਤਾ ਕਰਦੇ ਨੇ ਧਿਆਨ ਦਿੱਤਾ ਤੇ ਠੀਕ ਹੋ ਗਿਆ ਭਾਈ ਸਾਰਾ ਕੁਝ ਤੇ ਹੁਣ ਤੱਕ ਪਹਿਲਵਾਨੀ ਸਫਰ ਦੇ ਵਿੱਚ ਤੁਹਾਡਾ ਕਿਸ ਇਨਸਾਨ ਦਾ ਰੀਣੀਓ ਕਿਸ ਇਨਸਾਨ ਦੇ ਕਿਸ ਬੰਦੇ ਨੇ ਤੁਹਾਡਾ ਜ਼ਿਆਦਾ ਸਹਾਇਕ ਦਿੱਤਾ ਹੁਣ ਤੱਕ ਦੇ ਪਹਿਲਵਾਨੀ ਸਫਰ ਦੇ ਵਿੱਚ ਚੰਗੇ ਮਾੜੇ ਪੜਾਓ ਜਿਹੜੇ ਜ਼ਿੰਦਗੀ ਦੇ ਵਿੱਚ ਆਏ ਨੇ ਤੇ ਜ਼ਿਆਦਾ ਸਾਥ ਕਿਸ ਇਨਸਾਨ ਨੂੰ ਤਕੀਦਾ ਨਾ ਲੈਣਾ ਚਾਹੁੰਦੇ ਹੋ ਮੇਰੇ ਚਾਚਾ ਜੀ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਕਿ ਮੇਰਾ ਕਰਕੇ ਉਹ ਬਾਹਰੋਂ ਆਪਦਾ ਸਾਰਾ ਉਥੋਂ ਸਿਸਟਮ ਇੰਗਲੈਂਡ ਤੋਂ 7-8 ਸਾਲ ਲਾ ਕੇ ਬਾਅਦ ਵਿੱਚ ਮੇਰਾ ਕਰਕੇ ਪਲਵਾਨੀ ਨਾ ਕਰਕੇ ਇੱਥੇ ਆਏ ਇੰਡੀਆ ਦੇ ਵਿੱਚ ਔਰ ਮੇਰੀ ਪਲਵਾਨੀ ਕਰਾਈ ਜੀ ਔਰ ਮੇਰੇ ਦੋ ਭੂਆ ਦੇ ਲੜਕੇ ਆ ਜੀ ਤੇ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਜੀ ਤੇ ਮੇਰੇ ਕੋਚ ਆਈ ਐਸਪੀ ਸਾਹਿਬ ਇਹਨਾਂ ਨੇ ਮੇਰਾ ਰਾਤ ਦਿਨ ਮੇ ਤੇ ਧਿਆਨ ਦਿੱਤਾ ਜੀ ਬਹੁਤ ਪਲਵਾਨੀ ਮੈਨੂੰ ਅੱਗੇ ਕੀਤਾ ਜੀ ਇਹਨਾਂ ਨੇ ਜੀਤ ਅਰੀ ਵਧਾਈ ਮੇਰੀ ਕੀ ਨਹੀਂ ਕੁਛ ਨਹੀਂ ਹੁੰਦਾ ਸੱਟਾ ਪੇਟਾ ਲੱਗਦੀ ਰਹਿੰਦੀਆਂ ਰੈਂਦੀਆਂ ਗਹਿਣਾ ਪਲਵਾਨੀ ਦਾ ਕੋਈ ਚੱਕਰ ਨਹੀਂ ਤੂੰ ਕਰ ਖੁੱਲ ਕੇ ਕਰ ਕੋਈ ਚੱਕਰ ਨਹੀਂਗਾ ਹਾਂਜੀ ਤੇ ਕਿਸ ਪੁਆਇੰਟ ਤੇ ਆਪਦੇ ਆਪ ਨੂੰ ਮਹਿਸੂਸ ਕਰਦੇ ਹੋ ਵੀ ਕਿੰਨੇ ਕੁ ਫਿੱਟੋਂ ਜਾਂ ਕਿਹੋ ਜਿਹਾ ਰਿਜ਼ਲਟ ਜਿਹੜਾ ਤੁਹਾਡਾ ਰਹੇਗਾ ਆਉਣ ਵਾਲੇ ਟਾਈਮ ਦੇ ਵਿੱਚ ਭਾਈ ਫਿੱਟ ਤਾਂ ਬਹੁਤ ਵਧੀਆ ਵੈਸੋ ਰੱਬ ਦੀ ਮਿਹਰ ਆ ਭਾਈ ਕੋਈ ਕਮੀ ਨਹੀਂ ਗਈ ਕੋਈ ਕੁਛ ਨਹੀਂ ਗਾ ਖਾਣ ਪੀਣ ਵਧੀਆ ਸਾਰਾ ਕੁਝ ਮਿਹਨਤ ਵੀ ਬਹੁਤ ਵਧੀਆ ਭਾਈ ਬਸ ਹੁਣ ਤਾਂ ਦਾ ਲੌਕਡਾਊਨ ਲੱਗ ਗਿਆ ਥੋੜਾ ਜੰਗਲ ਬੰਦ ਹੋ ਗਏ ਨੇ ਤੇ ਰਿਜ਼ਲਟ ਬਹੁਤ ਵਧੀਆ ਆ ਰਿਹਾ ਹੈ ਰੱਬ ਦੀ ਮਿਹਰ ਨਾਲ ਤੇ ਬਸ ਹੁਣ ਜਦੋਂ ਖੁੱਲਣਗੇ ਫੇਰ ਦੁਬਾਰਾ ਦੇਖਾਂਗੇ ਦੰਗਲਾਂ ਵਿੱਚ ਦੁਆਰਾ ਕੀ ਕੀ ਮੁਸ਼ਕਲਾਂ ਰਹੀਆਂ ਨੇ ਜਿੱਦਾਂ ਗੁਜ਼ਾਰਾ ਚੱਲਦਾ ਪਹਿਲਵਾਨਾਂ ਦਾ ਦੰਗਲਾਂ ਦੇ ਵਿੱਚੋਂ ਥੋੜਾ ਚਾਹੇ ਪਹਿਲਵਾਨ ਚਾਹੇ ਛੋਟਾ ਚਾਹੇ ਵੱਡਾ ਹਰ ਇੱਕ ਪਹਿਲਵਾਨ ਦਾ ਸਿਸਟਮ ਜਿਹੜਾ ਖੁਰਾਕ ਪਾਣੀ ਦਾ ਛਿੰਝਾ ਮੇਲਿਆਂ ਦੇ ਵਿੱਚੋਂ ਚੱਲਦਾ ਔਰ ਦੰਗਲ ਪਿਛਲੇ 2 ਸਾਲ ਤੋਂ ਕਹਿ ਦਈਏ ਵੀ ਬੰਦ ਪੈ ਨੇ ਛਿੰਝਾ ਹੋ ਨਹੀਂ ਰਹੀਆਂ ਬਹੁਤ ਘੱਟ ਮੇਲਾ ਮਹੀਨਾ ਡੇਢ ਮਹੀਨਾ ਜਿਹੜੇ ਛਿੰਝਾ ਚੱਲ ਚੱਲੇ ਨੇ ਦੰਗਲ ਲੋੜੀ ਟਾਈਮ ਤੇ ਪਹਿਲਵਾਨ ਜੀ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਇਸ ਟਾਈਮ ਦੇ ਵਿੱਚ ਜਿਹੜਾ ਲਾਕਡਾਊਨ ਦੇ ਕਰਕੇ ਮਤਲਬ ਪ੍ਰੇਸ਼ਾਨੀ ਕਿਹੜੀ ਆ ਰਹੀ ਹੈ ਭਾਈ ਪ੍ਰੋਬਲਮ ਤਾਂ ਬਹੁਤ ਜ਼ਿਆਦੀ ਹੈ 2 ਸਾਲ ਹੋ ਗਿਆ ਕਿ ਕੋਈ ਸ਼ਿੰਜ ਮੇਲਾ ਬਹੁਤ ਘੱਟ ਹੀ ਹੋ ਰਿਹਾ ਤੇ ਪ੍ਰੋਬਲਮ ਆ ਖਰਚੇ ਹੁੰਨੇ ਆ ਭਾਜੀ ਸਾਰਾ ਕੁਝ ਤੇ ਡਾਈਟ ਪਾਣੀ ਬਦਾਮ ਤੁਹਾਨੂੰ ਪਤਾ ਹੀ ਹਰ ਇੱਕ ਚੀਜ਼ ਮਹਿੰਗੀ ਆ ਤੇ ਬਸ ਫਿਰ ਭਾਈ ਇਦਾਂ ਹੀ ਗੁਜ਼ਾਰਾ ਮਾੜਾ ਮੋਟਾ ਕਰੀ ਜਾਂਦੇ ਆ ਬਾਕੀ ਜੇ ਕਰਦਿਆਂ ਨੂੰ ਕਹਿੰਦੇ ਆ ਫਿਰ ਕਰਦੇ ਦੇ ਦਿੰਦੇ ਖਰਚਾ ਪਾਣੀ ਬਾਕੀ ਕੋਈ ਨੌਕਰੀ ਨਹੀਂ ਨੀ ਕੋਈ ਕੁਝ ਨਹੀਂ ਆ ਤੇ ਬਸ ਐਂ ਹੀ ਚੱਲੀ ਜਾਂਦਾ ਭਾਈ ਕੰਮ ਤੇ ਪਹਿਲਵਾਨ ਜੀ ਸ਼ਿੰਜਾਂ ਦੇ ਵਿੱਚ ਦੰਗਲ ਕਮੇਟੀਆਂ ਮਤਲਬ ਜਿੱਦਾਂ ਉਹਨਾਂ ਦਾ ਆਪਣਾ ਰੂਲ ਹੁੰਦਾ ਦੰਗਲ ਕਮੇਟੀਆਂ ਕਹਿ ਦਿੰਦੀਆਂ ਹਨ ਵੀ ਖੁੱਲਾ ਟਾਈਮ ਕੁਸ਼ਤੀ ਕਰਾਉਣੀ ਆ ਜਾਂ 20 ਮਿੰਟ ਕੁਸ਼ਤੀ ਕਰਾਉਣੀ ਆ ਜਾਂ ਪੁਆਇੰਟ ਤੇ ਕੁਸ਼ਤੀ ਕਰਾਉਣੀ ਆ ਜਾਂ ਫਿਰ ਟਾਸ ਤੇ ਕੁਸ਼ਤੀ ਕਰਾਉਣੀ ਆ ਮਤਲਬ ਇਹ ਸਾਰੇ ਜਿਹੜਾ ਉਹਨਾਂ ਦਾ ਪ੍ਰਬੰਧ ਹੈ ਦੰਗਲ ਕਮੇਟੀਆਂ ਦਾ ਇਹ ਤੋਂ ਖੁਸ਼ ਹੋ ਜਾਂ ਕੋਈ ਸੁਧਾਰ ਮਤਲਬ ਚਾਹੁੰਦੇ ਹੋ ਵੀ ਕੁਝ ਨਾ ਕੁਝ ਚੇਂਜ ਹੋਣਾ ਚਾਹੀਦਾ ਪਹਿਲਾਂ ਤਾਂ ਭਾਈ ਨਹੀਂ ਸੀਗਾ ਪਹਿਲਾਂ ਨਹੀਂ ਇਹਨੇ ਖੁਸ਼ ਹੁੰਦੇ ਕਿਉਂਕਿ ਕਮੇਟੀ ਆਪ ਹੀ ਦੰਗਲ ਕਰਾਉਂਦੀ ਆਪ ਹੀ ਵਿੱਚ ਰੈਫਰੀ ਹੁੰਦੇ ਸੀ ਆਪ ਹੀ ਕੁਸ਼ਤੀਆਂ ਕੱਢਣੀਆਂ ਜਾਂ ਸਾਰਾ ਕੁਝ ਹੁੰਦਾ ਹੀ ਤੇ ਉਹਦੇ ਵਿੱਚ ਕੋਈ ਟਾਈਮ ਦੀ ਲਿਮਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਸੀ ਜੇ ਚੱਲ ਵੀ ਜਾਂਦੇ ਸੀ ਜੇ ਟਾਈਮ ਦੀ ਗੱਲ ਵੀ ਕਰ ਲੈਂਦੇ ਸੀ ਜੇ 20 ਮਿੰਟ ਕਰਾ ਦਿੰਦੇ ਸੀ ਬਾਅਦ ਵਿੱਚ ਫੇਰ ਕਹਿੰਦੇ 10 ਮਿੰਟ ਹੋਰ ਜਾਂ 20 ਮਿੰਟ ਹੋਰ ਯਾਨੀ ਪਹਿਲਵਾਨਾਂ ਦਾ ਅੰਤ ਦੇਖਦੇ ਸੀ ਸਾਰਿਆਂ ਨੇ ਪਰ ਜਦੋਂ ਦਾ ਹੁਣ ਥੋੜਾ 3-4 ਸਾਲ ਸੁਧਾਰ ਹੋਇਆ ਜਿੱਦਾਂ ਬਾਬਾ ਦੀਪਾ ਜੀ ਕਰਾਉਂਦੇ ਦੰਗਲ ਆਪ ਵਿੱਚ ਹਨਾ ਤਾਂ ਉਹਨਾਂ ਨੇ ਜਿੱਦਾਂ ਇੱਕ ਉਹਨਾਂ ਲਈ ਬਹੁਤ ਦੰਗਲ ਆ ਤਾਂ ਉਹ ਉਹਨਾਂ ਨੇ ਸਿਸਟਮ ਚੇਂਜ ਕਰਤਾ ਜਦ ਕਮੇਟੀ ਵਾਲਿਆਂ ਨਾਲ ਗੱਲ ਕਰਕੇ ਆਪ ਕੁਸ਼ਤੀਆਂ ਕੱਢਦੇ ਆ ਤੇ 20 ਮਿੰਟ ਦਾ ਟਾਈਮ ਰੱਖਿਆ ਤੇ 5 ਮਿੰਟ ਪੁਆਇੰਟ ਦੇ ਉਹ ਬਹੁਤ ਵਧੀਆ ਚੀਜ਼ ਆ ਭਾਈ ਜਿਹੜਾ ਪੁਆਇੰਟ ਤੇ ਵੀ ਬਾਅਦ ਚ ਕਰਾਉਂਦੇ ਆ ਇਹ ਚ ਦੁਨੀਆ ਨੂੰ ਵੀ ਵਧੀਆ ਲੱਗਦਾ ਕਿ ਫੜ ਨਿਕਲ ਹੁੰਦੀ ਆ ਤੇ ਦੁਨੀਆ ਇਹੀ ਚੀਜ਼ਾਂ ਦੇਖਣ ਆਉਂਦੀ ਭਾਈ ਅ ਪਹਿਲਵਾਨ ਜੀ ਪਹਿਲਾਂ ਨਾਲੋਂ ਕੁਸ਼ਤੀ ਵਿੱਚ ਬਹੁਤ ਮਤਲਬ ਸੁਧਾਰ ਹੋਇਆ ਬਹੁਤ ਅੱਪ ਹੋਈ ਆ ਕੁਸ਼ਤੀ ਜਿਹੜੀ ਮਿੱਟੀ ਦੀ ਕੁਸ਼ਤੀ ਆ ਖਾਸ ਕਰਕੇ ਤੇ ਇਸ ਨੂੰ ਹੋਰ ਉੱਪਰ ਲਿਜਾਣ ਦੇ ਲਈ ਕੋਈ ਯਤਨ ਕਰ ਸਕਦੇ ਆ ਜਿੱਦਾਂ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਵੀ ਜਦੋਂ ਕੋਈ ਕਮੇਟੀ ਤੇ ਬਣਨੀ ਚਾਹੀਦੀ ਹੈ ਕੋਈ ਸੰਗਠਨ ਬਣਨਾ ਚਾਹੀਦਾ ਜਾਂ ਕੋਈ ਖਾੜਿਆਂ ਦੇ ਵਿੱਚੋਂ ਕੋਈ ਮੈਂਬਰ ਲੈ ਕੋਈ ਇਹੋ ਜੀ ਕਮੇਟੀ ਜਿਹੜੀ ਪਹਿਲਵਾਨਾਂ ਦੇ ਪੱਖ ਦੀ ਗੱਲ ਕਰ ਸਕੇ ਕਿਉਂਕਿ ਬਹੁਤ ਸਾਰੇ ਦੰਗਲ ਹੁੰਦੇ ਆ ਜਿੱਥੇ ਕਮੇਟੀ ਮੈਂਬਰ ਵੀ ਰੈਫਰੀ ਖੜ ਜਾਂਦੇ ਆ ਔਰ ਕੁਸ਼ਤੀ ਬਾਰੇ ਪਤਾ ਨਹੀਂ ਹੁੰਦਾ ਕਈ ਵਾਰ ਰੌਲਾ ਪੈਂਦਾ ਕੁਸ਼ਤੀ ਦੇ ਵਿੱਚ ਕੋਈ ਨਾ ਕੋਈ ਕਮੇਟੀ ਕੋਈ ਸੰਸਥਾ ਬਣਨੀ ਚਾਹੀਦੀ ਹੈ ਜਿਹੜੀ ਪਹਿਲਵਾਨਾਂ ਦੀ ਹੈਲਪ ਦੇ ਲਈ ਮਦਦ ਦੇ ਲਈ ਵੀ ਅੱਗੇ ਆਵੇ ਹਾਂਜੀ ਚਾਹੀਦੀ ਹੈ ਬਣਨੀ ਤੇ ਇੱਕ ਕਮੇਟੀ ਬਣਨੀ ਚਾਹੀਦੀ ਹੈ ਜਿੱਦਾਂ ਬਾਬਾ ਦੀਪਾ ਜੀ ਵਿੱਚ ਖੜੇ ਜਾਂਦੇ ਆ ਦੰਗਲ ਕਰਾਉਂਦੇ ਆ ਜਾਂ ਕੋਈ ਵੀ ਹੋਰ ਵੀ ਜਿਹੜੇ ਪਹਿਲਵਾਨ ਵਿੱਚ ਦੰਗਲ ਕਰਾਉਂਦੇ ਹਾਂਜੀ ਮੈਂਬਰ ਹਾਂਜੀ ਇੱਕ ਦੋ ਦੋ ਮੈਂਬਰ ਹਰੇ ਖਾੜੇ ਚੋਂ ਲੈਣਾ ਚਾਹੀਦਾ ਜਿੱਦਾਂ ਜਿਹੜੇ ਨਾਮ ਵਾਰ ਖਾੜੇ ਆ ਜੀ ਉਹਨਾਂ ਵਿੱਚ ਇੱਕ ਦੋ ਮੈਂਬਰ ਲੈਣੇ ਚਾਹੀਦੇ ਆ ਤਾਂ ਉਹ ਕਮੇਟੀ ਬਣੇ ਉਹ ਫੈਸਲਾ ਕਰਿਆ ਕਰੇ ਜਾਂ ਸਾਰਾ ਕੁਝ ਜਿੱਦਾਂ ਵੀ ਦੰਗਲ ਉਹ ਭਾਈ ਸਿਸਟਮ ਚਾਹੀਦਾ ਹੈ ਅੱਛਾ ਪਹਿਲਵਾਨ ਜੀ ਏ ਸੀਗਾ ਤੁਹਾਡਾ ਕੁਸ਼ਤੀ ਦਾ ਸਫ਼ਰ ਹੁਣ ਤੱਕ ਦਾ ਕੋਈ ਜਿਹੜੇ ਨਵੀਂ ਜਨਰੇਸ਼ਨ ਤੁਹਾਨੂੰ ਸੁਣ ਰਹੀ ਆ ਨਵੇਂ ਨੌਜਵਾਨ ਜਿਹੜੇ ਪਹਿਲਵਾਨੀ ਦੇ ਖੇਤਰ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਲਈ ਕੋਈ ਮੈਸੇਜ ਕੋਈ ਸੁਨੇਹਾ ਤੁਹਾਡਾ ਸੁਨੇਹਾ ਭਾਈ ਇਹ ਹੀ ਆ ਕਿ ਜਦਾਂ 8ਵੀਂ ਤੱਕ ਜਾਂ 9ਵੀਂ ਤੱਕ ਤੁਸੀਂ ਪੜ੍ਹਾਈ ਕਰੋ ਪਹਿਲਾਂ ਆਪਦੀ ਵਧੀਆ 10ਵੀਂ ਤੱਕ ਫੇਰ ਬਾਅਦ ਵਿੱਚ ਤੁਸੀਂ ਪਹਿਲਵਾਨੀ ਚਾਹੋ ਤੇ ਆਪਦਾ ਕਰੋ ਬਹੁਤ ਵਧੀਆ ਗੇਮ ਆ ਸਾਰਾ ਕੁਝ ਠੀਕ ਆ ਵਧੀਆ ਰਤਬਾ ਵੀ ਆ ਤਕੜੇ ਜਦੋਂ ਤੁਸੀਂ ਹੋ ਜਾਂਦੇ ਆ ਪੈਸਾ ਵੀ ਬਹੁਤ ਆ ਨਾਮ ਵੀ ਬਹੁਤ ਆ ਇੱਜ਼ਤ ਬਹੁਤ ਆ ਭਾਈ ਇਹਦੇ ਵਿੱਚ ਠੀਕ ਆ ਦੁਨੀਆ ਬਹੁਤ ਫੈਨ ਹੁੰਦੀ ਤੁਹਾਡੀ ਹਾਂਜੀ ਭਾਈ ਅੱਛਾ ਪਹਿਲਵਾਨ ਜੀ ਇੱਕ ਸਵਾਲ ਉੱਠਦਾ ਜਿੱਦਾਂ ਪਹਿਲਵਾਨੀ ਦੇ ਵਿੱਚ ਵੀ ਸਟੀਅਰ ਹੈਡ ਵਗੈਰਾ ਜੋ ਮੈਡੀਸਨ ਵਗੈਰਾ ਹੈਗਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿੰਨੀ ਕੁ ਸੱਚਾ ਹੈ ਕਿੰਨਾ ਕੁ ਝੂਠਾ ਇਹਦੇ ਬਾਰੇ ਭਾਈ ਦੁਨੀਆ ਨੇ ਜਿਆਦਾ ਹਵਾ ਬਣਾਇਆ ਪਿਆ ਬਹੁਤ ਜਿਆਦਾ ਕਿ ਪਹਿਲਵਾਨ ਸਟੀਅਰ ਰੋਡ ਲਾਉਂਦੇ ਜਾਂ ਕੋਈ ਵੀ ਨਸ਼ਾ ਪਤਾ ਕਰਕੇ ਖੇលਦੇ ਆ ਭਾਈ ਇਹ ਗਲਤ ਗਲਤ ਗੱਲ ਆ ਇਹ ਕੋਈ ਇਦਾਂ ਨਹੀਂ ਕਰਦਾ ਚਲੋ ਮਾਣਾ ਮੋਟਾ ਹੁੰਦਾ ਉੱਪਰ ਨੀਵਾ ਮਾਣਾ ਮੋਟਾ ਕਰ ਵੀ ਲੈਂਦੇ ਐ ਏਡੀ ਗੱਲ ਨਹੀਂ ਗੀ ਪਰ ਇੰਨਾ ਨਹੀਂ ਜਿੰਨਾ ਦੁਨੀਆ ਦੇ ਬਣਾਇਆ ਪਿਆ ਕਿਉਂਕਿ ਦੇਸੀ ਪਹਿਲਵਾਨੀ 20-20 ਮਿੰਟ ਕੋਲਣਾ ਲਗਾਤਾਰ ਭਾਈ ਉਹਦਾ ਵਿੱਚ ਇਹੀ ਆ ਕਿ ਦੇਸੀ ਪਹਿਲਵਾਨੀ ਜਿੰਨੀ ਕਰੋਗੇ ਨਾ ਤਾਂ ਹੀ ਤੁਸੀਂ ਲੰਮਾ ਟਾਈਮ ਖੋਲ ਸਕਦੇ ਜਿੱਦਾਂ ਹੁਣ ਕਈ 45-45 ਸਾਲ ਦੇ ਪਹਿਲਵਾਨ ਹਜੇ ਵੀ ਹੈਗੇ ਆ ਠੀਕ ਆ ਨਾ ਉਹ ਖੋਲਦੇ ਆ ਅੱਜ ਵੀ ਨਵੀਂ ਜੇਨਰੇਸ਼ਨ ਨਾਲ ਖੋਲਦੇ ਉਹ ਤਾਂ ਹੀ ਖੋਲਦੇ ਆ ਕਿਉਂਕਿ ਦੇਸੀ ਖਰਾ ਖਾਂਦੇ ਜਾਂ ਦੇਸੀ ਸਾਰਾ ਕੁਝ ਹੀ ਯੂਜ਼ ਕਰਦੇ ਬਾਦਾਮ ਮੱਖਣ ਕਿਉਂ ਤਾਂ ਉਹ ਤਾਂ ਹੀ ਅੱਜ ਤੱਕ ਭਾਈ ਚੱਲਣਦੇ ਆ ਤਾਂਹੀਂ ਭਾਈ ਸਾਡਾ ਰੇ ਆ ਕਿ ਅਹੀਂ ਤੇ ਮੈਟ ਤੇ ਕਰਦੇ ਸਾਨੂੰ ਤੇ ਸਾਡਾ ਡੋਪ ਟੈਸਟ ਹਰੇਕ ਸਾਲ ਹੁੰਦਾ ਭਾਈ ਤਾਂਹੀਂ ਤਾਂ ਕੁਝ ਲੈ ਵੀ ਨਹੀਂ ਸਕਦੇ ਨਾ ਕੋਈ ਕਰ ਹੀ ਸਕਦੇ ਚਲੋ ਮਾੜਾ ਮੋਟਾ ਕੋਈ ਹਰੇਕ ਦਾ ਆਪਾਂ ਕਹਿ ਵੀ ਨਹੀਂ ਸਕਦੇ ਹਾਂ ਪ੍ਰੋਟੀਨ ਵਗੈਰਾ ਤਾਂ ਭਾਈ ਚਲੋ ਯੂਜ਼ ਕਰਦੇ ਆ ਜਾਂ ਸਪਲੀਮੈਂਟ ਮਾੜੇ ਮੋਟੇ ਯੂਜ਼ ਕਰਦੇ ਬਾਕੀ ਡੋਬ ਡਬ ਜਿਹੜੇ ਕਈ ਪਰਹਾਨ ਲੈ ਵੀ ਲੈਂਦੇ ਕੋਈ ਏਡੀ ਵੀ ਨਹੀਂ ਗੱਲ ਪਰ ਇੰਨਾ ਨਹੀਂ ਲੈਂਦੇ ਪਰ ਜਿੱਦਾਂ ਗੱਲ ਬਣੀ ਪਈ ਆ ਕਿ ਬਹੁਤ ਜ਼ਿਆਦਾ ਲੈਂਦੇ ਆਪਦੀ ਜ਼ਿੰਦਗੀ ਤੋਂ ਕੀ ਚੀਜ਼ ਭਾਈ ਪਿਆਰੀ ਹੈ ਭਾਈ ਹਨਾ ਮੁਕਤੀ ਦੀ ਗੱਲ ਆਪਣੀ ਲਾਈਫ ਤੋਂ ਉੱਪਰ ਕੋਈ ਵੀ ਆਉਦਾ ਨਹੀਂ ਕੋਈ ਵੀ ਖੇਡ ਨਹੀਂ ਕੋਈ ਵੀ ਮਤਲਬ ਸਿਸਟਮ ਨਹੀਂ ਸਭ ਤੋਂ ਮਹੱਤਵਪੂਰਨ ਜਿਹੜਾ ਬੰਦੇ ਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ ਕਿਉਂਕਿ ਜਿਹੜੇ ਦੇਸੀ ਪਹਿਲਵਾਨੀ ਕਰਦੇ ਆ ਉਹ ਪਹਿਲਵਾਨ ਲੰਮਾ ਚੱਲਦੇ ਆ ਹੁਣ ਵੀ ਬਹੁਤ ਸਾਰੇ ਪਹਿਲਵਾਨ ਪਹਿਲਵਾਨ ਜੀ ਨੇ ਦੱਸਿਆ ਇਹੋ ਜਿਹੇ ਪਹਿਲਵਾਨ ਨੇ ਜਿਹੜੇ 45 ਸਾਲ ਦੀ ਉਮਰ ਦੇ ਵਿੱਚ ਵੀ ਨਵੇਂ ਮੁੰਡਿਆਂ ਨਾਲ ਟੱਕਰਾਂ ਲੈਂਦੇ ਨੇ ਉਹਨਾਂ ਦੀ ਸਿਹਤਯਾਬੀ ਦਾ ਜਿਹੜਾ ਕਾਰਨ ਹੈ ਉਹ ਇਹੀ ਹੈ ਕਿ ਮੈਡੀਸਨ ਤੋਂ ਰਹਿਤ ਪਹਿਲਵਾਨੀ ਕੀਤੀ ਹੈ ਤੇ ਡੰਡਾ ਬੈਠਕਾਂ ਵਾਲੀ ਪਹਿਲਵਾਨੀ ਕੀਤੀ ਹੈ ਦੇਸੀ ਖਰਾਕ ਦੀ ਪਹਿਲਵਾਨੀ ਕੀਤੀ ਹੈ ਤੇ ਪਹਿਲਵਾਨ ਜੀ ਇੱਕ ਸਵਾਲ ਜਿਹੜਾ ਹੋਰ ਹੈ ਜਿੱਦਾਂ ਤੁਹਾਡਾ ਆਪਣਾ ਖਾੜਾ ਬਣਿਆ ਹੋਇਆ ਮੀਰੀ ਪੀਰੀ ਕੁਸ਼ਤੀ ਖਾੜਾ ਖੰਨਾ ਜਿਹੜਾ ਇਹਦਾ ਸੰਚਾਲਕ ਮਤਲਬ ਕਿਦਾਂ ਸਿਸਟਮ ਚੱਲਦਾ ਜਿਹੜਾ ਸੰਸਥਾ ਜਿਹੜੀ ਜਾਂ ਮੁਕੇਸ਼ ਕੁਮਾਰ ਐਸਪੀ ਸਾਹਿਬ ਉਹ ਦੇਖਦੇ ਆ ਦੇਖਰੇਖ ਕਰਦੇ ਆ ਤੇ ਕਿਦਾਂ ਦਾ ਯੋਗਦਾਨ ਰਹਿੰਦਾ ਉਹਦੇ ਵਿੱਚ ਸਾਰਾ ਕਿਵੇਂ ਦੇਖਦੀ ਹੈ ਪ੍ਰਬੰਧਕ ਜਿਹਦਾ ਭਲਵਾਨ ਜੀ ਹੈੱਡ ਵਾ ਜੀ ਤੇ ਬਾਕੀ ਥੱਲੇ ਕਮੇਟੀ ਬਣੀ ਪਈ ਹੈ ਜੀ ਪੰਜਾ ਛੇ ਮੈਂਬਰਾਂ ਦੀ ਕਮੇਟੀ ਹੈ ਜੀ ਜਿਹਦੇ ਵਿੱਚ ਭੋਲਾ ਭਲਵਾਨ ਆ ਜੀ ਪਠਾਨਕੋਟ ਤੋਂ ਗੁਰਪ੍ਰੀਤ ਭਲਵਾਨ ਆ ਜੀ ਇੱਥੋਂ ਖੰਨੇ ਤੋਂ ਆ ਪੱਟੀ ਭਲਵਾਨ ਆ ਤਾਂ ਚਾਚਾ ਮਲਕਪੁਰ ਤੋਂ ਆ ਜੀ ਇਦਾਂ ਵਿੱਚ ਕਮੇਟੀ ਦੇ ਮੈਂਬਰ ਆ ਜੀ ਜਿਹੜੇ ਇਹ ਸਾਰੀ ਇਹਨੂੰ ਚਲਾਉਂਦੇ ਆ ਖਾੜੇ ਨੂੰ ਜਿੱਦਾਂ ਬਿੱਲ ਉਹ ਗੇਓ ਕੇ ਮਦਦ ਕਰਦੇ ਹੈਗੇ ਹਾਂਜੀ ਜਿੱਦਾਂ ਲੋਡਬੰਦ ਪਹਿਲਵਾਨ ਇਸ ਟਾਈਮ ਕਿੰਨੇ ਕੇ ਬੱਚੇ ਜਿਹੜੇ ਪਹਿਲਵਾਨੀ ਕਰਦੇ ਆ ਖਾੜੇ ਦੇ ਵਿੱਚ ਜੀ 50 ਕ ਮੁੰਡੇ ਪਹਿਲਵਾਨੀ ਕਰਦੇ ਆ ਵਿੱਚ ਥੋੜੇ ਜਿਹਾ ਚਲੋ ਅਮੀਰ ਘਰ ਦੇ ਵੀ ਹੈਗੇ ਵਿੱਚ ਗਰੀਬ ਘਰ ਦੇ ਵੀ ਹੈਗੇ ਜਿੱਦਾਂ ਵੀ ਚਲੋ ਚੱਲਦਾ ਸਰਕਲ ਉਦਾਂ ਕਮੇਟੀ ਸਾਰਾ ਕੁਝ ਉਹ ਕਰੀ ਜਾਂਦੀ ਜੀ ਜੇ ਗਰੀਬ ਉਹਨਾਂ ਦੀ ਮਦਦ ਵੀ ਕਰਦੀ ਆ ਜਿਹੜੇ ਅਮੀਰ ਬੱਚੇ ਚਲੋ ਉਹ ਆਪ ਦਾ ਆਪੇ ਕਰੀ ਜਾਂਦੇ ਜਿ ਗਰੀਬਾਂ ਦੀ ਬਹੁਤ ਮਦਦ ਕਰਦੀ ਕਮੇਟੀ ਸਾਡੀ ਮਤਲਬ ਇੱਕ ਪ੍ਰਬੰਧਕ ਕਮੇਟੀ ਜਿਹੜੀ ਖਾੜੇ ਦੇ ਬਣੀ ਹੋਈ ਹੈ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਮੀਰੀ ਪੀਰੀ ਕੁਸ਼ਤੀਖਾੜਾ ਚੱਲਦਾ ਜਿੱਥੇ 50 60 ਬੱਚੇ ਪਹਿਲਵਾਨੀ ਦੇ ਦਾ ਪੇਜ ਸਿੱਖਦੇ ਆ ਹੁਨਰ ਜਿਹੜਾ ਪਹਿਲਵਾਨੀ ਦਾ ਸਿੱਖਦੇ ਆ ਤੇ ਪੰਜਾਬ ਦੀ ਝੋਲੀ ਬਹੁਤ ਸਾਰੇ ਮੈਡਲ ਵੀ ਜਿਹੜੇ ਆ ਇਸ ਕੁਸ਼ਤੀਖਾੜੇ ਨੇ ਪਾਏ ਆ ਤੇ ਪ੍ਰਬੰਧਕ ਕਮੇਟੀ ਵੱਲੋਂ ਸਾਰੀ ਦੇਖਰੇਖ ਕੀਤੀ ਜਾਂਦੀ ਹੈ ਲੋੜਵੰਦ ਪਹਿਲਵਾਨਾਂ ਦੀ ਹੈਲਪ ਵੀ ਕੀਤੀ ਜਾਂਦੀ ਹੈ ਤੇ ਪਹਿਲਵਾਨ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਤੋਂ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਟਾਰ ਫਤੇ ਟੀਵੀ ਆਣੇ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਟਾਈਮ ਨ ਦਿੱਤਾ ਬੋਲਣ ਦਾ ਟਾਈਮ ਦਿੱਤਾ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੀਗੇ ਲਾਪ੍ਰਿਤ ਪਹਿਲਵਾਨ ਖੰਨਾ ਜਿਨ੍ਹਾਂ ਦੇ ਪਹਿਲਵਾਨੀ ਸਫਰ ਦੇ ਬਾਰੇ ਆਪਾਂ ਜਾਣਿਆ ਜੇਕਰ ਤੁਸੀਂ ਸਾਡੀਆਂ ਨਵੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਪਹਿਲਵਾਨਾਂ ਦੀਆਂ ਇੰਟਰਵਿਊ ਸੁਣਨਾ ਚਾਹੁੰਦੇ ਹੋ ਤਾਂ ਸਟਾਰ ਫਤੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਮੈਂ ਜੱਸੀ ਰਾਏਵਾਲ ਤੇ ਤੁਸੀਂ ਦੇਖਣੋ ਸਟਾਰ ਫਤੇ ਟੀਵੀ ਥੈਂਕ ਯੂ ਜੀ